ਤਾਰਾਂ ਦੇ ਲੋਹੇ ਵਾਹ ਮੇਰੀ ਜਾਨੇ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਜੱਟ ਕਮਲੇ ਦੀ ਮਾ ਭਾਈ ਜੀ ਇਸ ਗੀਤ ਨੂੰ ਸੁਣਨ ਤੋਂ ਬਾਅਦ ਕਿਸ ਨੇ ਕਿ ਕਿਹੜੇ ਗਮ ਚ ਡੁੱਬੇ ਤੁਸ ਦਾ ਜਾਨੀ ਜਾਨ ਨਿਕਲੇ ਤੂੰ ਬੰਗਾਲੀ ਬਾਬੇ ਨੂੰ ਪਿੱਛੇ ਛੱਡਦਾ ਤੁਸੀਂ ਆਪਣੇ ਜੰਮੇ ਇੰਨਾ ਮੁਹੱਬਤ ਦੀ ਚਾਸ਼ਣੀ ਚ ਭਿੱਜਿਆ ਹੋਇਆ ਗੀਤ ਐਨਾ ਮੈਂ ਨਾ ਵੀ ਇਸ਼ਕ ਦੇ ਸਾਗਰ ਚ ਗੋਤਾ ਲਵਾ ਦੇਣ ਵਰਗਾ ਗੀਤ ਤੇ ਲਬਤ ਕਿਵੇਂ ਹੋ ਗਈ ਜਦੋਂ ਮੇਰਾ ਜੀਵਨ ਸਾਥੀ ਗਿਆ ਤੇ ਜਦੋਂ ਜਾ ਰਿਹਾ ਸੀ ਤਾਂ ਕਾਫਲਾ ਤੇ ਉਦੋਂ ਵੀ ਇਹ ਗਾਣਾ ਮੈਂ ਐਡਿਟ ਕਰਕੇ ਲਾਇਆ ਸੀ ਸਾਨੂੰ ਬਾਈ ਜੀ ਕੋਈ ਇਹੋ ਜਿਹਾ ਗਾਣਾ ਵੀ ਹੈਗਾ ਜ ਜਿਹਨੂੰ ਸੁਣਨ ਤੋਂ ਬਾਅਦ ਜਿਹੜਾ ਰਿਕਾਰਡ ਹੋਇਆ ਹੋਵੇ ਹਿੱਟ ਵੀ ਹੋ ਗਿਆ ਹੋਵੇ ਪਰ ਉਹਨੂੰ ਸੁਣਨ ਤੋਂ ਬਾਅਦ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਇਹ ਤੋਂ ਵਧੀਆ ਗਾ ਸਕਦਾ ਸਾਨੂੰ ਮਾਰਦੇ ਅੱਖੀਆਂ ਚ ਪਾਣੀ ਛੱਡਣ ਹਾਂ ਸਾਨੂੰ ਕੋਈ ਵਿਆਹ ਦਾ ਪ੍ਰੋਗਰਾਮ ਨਾ ਕਰ ਦਿਓ ਤੁਸੀਂ ਇੱਕ ਗੀਤ ਐਸਾ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਡੇਗਣ ਵਾਲਾ ਗਾਇਆ ਉਹ ਗੀਤ ਗਾਉਣ ਵੇਲੇ ਤੁਹਾਡੀ ਮਨੋਸਥਿਤੀ ਕੀ ਸੀ ਉਹ ਗਾਣਾ ਕਰਦਾ ਕਰਦਾ ਮੈਨੂੰ ਲੱਗਦਾ ਮੈਂ ਆ ਵੀ ਰੋ ਗਿਆ ਸੀ ਉਹ ਆ ਵੀ ਹਾਜ਼ਰ ਹੈ ਜੰਝਦਾ ਵੀ ਚਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਜਦਾ ਵਿਚਾਰ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਅੱਜ ਲਗਾਤਾਰ ਤਾਰ ਉੱਬਰ ਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਫਿਰ ਤੋਂ ਨਛੱਤਰ ਗਿੱਲ ਜੀ ਸੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਮਾਈ ਜੀ ਬਹੁਤ ਮਿਹਰਬਾਨੀ ਜੀ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋਰ ਜੀ ਤਾਰਿਆਂ ਦੀ ਲੋਏ ਹਮਮ ਮੇਰੀ ਜਾਨ ਆਪਾ ਦੋਏ ਹਮ ਕਦੇ ਇਕੱਠੇ ਨਹੀਂ ਹੋਏ ਅੱਧਾ ਘੰਟਾ ਹੋ ਗਿਆ ਹਾਂ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਆਹ ਕਿਆ ਬਾਤ ਤਾਰਾ ਸਾਹਿਬ ਬਾਈ ਜੀ ਨੇ ਸੁਰਤ ਸੁਣਾ ਦੇਣਾ ਤੁਸੀਂ ਖਬਰਾਂ ਚ ਸੁਣਾ ਰਹੇ ਹੋ ਸਹੀ ਰਹਿਣ ਦਿਓ ਬਾਈ ਜੀ ਇਹ ਜਿਹੜਾ ਇੰਨਾ ਭਾਵੁਕ ਕਰਨ ਵਾਲਾ ਹਾਂਜੀ ਇੰਨਾ ਮੁਹੱਬਤ ਦੀ ਚਾਸ਼ਣੀ ਚ ਭਿੱਜਿਆ ਹੋਇਆ ਗੀਤ ਆਹ ਆਹ ਇੰਨਾ ਮੈਂ ਨਾ ਵੀ ਇਸ਼ਕ ਦੇ ਸਾਗਰ ਚ ਗੋਤਾ ਲਵਾ ਦੇਣ ਵਰਗਾ ਗੀਤ ਵਾ 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 ਇਹ ਲਬਤ ਕਿਵੇਂ ਹੋ ਗਈ ਇਹਦੀ ਇਹ ਲਬਤ ਧੰਮੀ ਭਾਜੀ ਕਮਾਲ ਦੇ ਸ਼ਾਇਰ ਆ ਹਾਂ ਮੈਂ ਜਿਵੇਂ ਦੱਸਿਆ ਤੁਹਾਨੂੰ ਫੋਨ ਤੇ ਸੁਣਿਆ ਗਾਣਾ ਤੇ ਇਹਦੇ ਇਹਦੇ ਕਾਫੀਏ ਤੰ ਹੈ ਨਾ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਫੇਰ ਜਾ ਕੇ ਆਉਂਦੀ ਹੈ ਨਾ ਮਕਾ ਤਾਂ ਇਹ ਗਾਣੇ ਦੀ ਵੀ ਬੜੀ ਲੰਬੀ ਹੈ ਮੈਨੂੰ ਸੁਣਾਇਆ ਗਾਣਾ ਪਸੰਦ ਆ ਗਿਆ ਬਣਾਇਆ ਮੈਂ ਕੰਪੋਜੀਸ਼ਨ ਇਥੋਂ ਕਰਕੇ ਲਿਆ ਇਹ ਕੰਪੋਜੀਸ਼ਨ ਨਹੀਂ ਸੀ ਉਹਦੀ ਜਾ ਕੇ ਕਈ ਗਾਣੇ ਜਦੋਂ ਇਥੋਂ ਕੰਪੋਜੀਸ਼ਨ ਕਰਕੇ ਜਾਂਦੇ ਜਦੋਂ ਪ੍ਰੋਗਰਾਮਿੰਗ ਉਹਦੀ ਸ਼ੁਰੂ ਕਰਦੇ ਆ ਨਾ ਉਹ ਤੋਂ ਕਈ ਵਾਰ ਉਹ ਲੱਗਦਾ ਕਿ ਨਹੀਂ ਯਾਰ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਬਣਿਆ ਸਭ ਤੋਂ ਪਹਿਲਾ ਗਾਣਾ ਹੀ ਬਣਾਉਣਾ ਸੀ ਖੱਜਲ ਖਵਾਰ ਹੋਏ 2-2.5 ਘੰਟੇ ਤਾਂ ਮੈਂ ਗੁਰਮੀਤ ਭਾਜੀ ਤੇ ਪ੍ਰੋਗਰਾਮਰ ਸਾਡਾ ਰਕੇਸ਼ ਵੀਰੇਕਸ ਬੜਾ ਅੱਛਾ ਪ੍ਰੋਗਰਾਮਰ ਹੈ ਤੇ ਫਿਰ ਇਹ ਹੁੰਦਾ ਕਿ ਇਹਨੂੰ ਛੱਡ ਦਿਓ ਹਾਂ ਬਾਕੀ ਗਾਣੇ ਪਹਿਲਾਂ ਕਰੋ ਬਾਕੀ ਗਾਣੇ ਪੂਰੀ ਐਲਬਮ ਤਿਆਰ ਕਰ ਲਈ ਫਿਰ ਧੰਮੀ ਭਾਜੀ ਨੂੰ ਉਹਨਾਂ ਉਸ ਵੇਲੇ ਲਾਈ ਡਿਊਟੀ ਹਨਾ ਤੇ ਉਹਨਾਂ ਦੀ ਵੀ ਜਦੋਂ ਡਿਊਟੀ ਲਾਉਣੀ ਹੈ ਤੇ ਭਾਜੀ ਬੈਠ ਜਾਂਦੇ ਕੰਮ ਤੇ ਨਾ ਉਹ ਕਹਿੰਦੇ ਭਾਜੀ ਗਾਣਾ ਹੋਰ ਕੋਈ ਦਿਖਾਓ ਹਾਂ ਸੁਣਾਓ ਅਜੀਬ ਪੰਬੇ ਸੀਗੇ ਉਹਨਾਂ ਨੇ ਤਿੰਨ ਚਾਰ ਗਾਣੇ ਸੁਣਾਇਓ ਵੀ ਬੜੇ ਅੱਛੇ ਸੀ ਲੇਕਿਨ ਦਿਮਾਗ 'ਚ ਇਹੀ ਘੁੰਮ ਜਾਂਦਾ ਸੀ ਗਾਣਾ ਕਿ ਬਣਾਉਣਾ ਤੇ ਯਾਰ ਇਹੀ ਆ ਭਾਜੀ ਨੇ ਵੀ ਕਿਹਾ ਯਾਰ ਉਹ ਗਾਣਾ ਬੜਾ ਅੱਛਾ ਬਣਾ ਲਓ ਔਰ ਜਦੋਂ ਗਾਣੇ ਦਾ ਟਾਈਮ ਆ ਜ ਲਾਸਟ ਦੇ ਗਾਣਾ ਬਣਾਉਣ ਲੱਗੇ ਉਹੀ ਗਾਣਾ ਜਿਹੜਾ ਸੈੱਟ ਨਹੀਂ ਆ ਰਿਹਾ ਉਹ ਦਿਮਾਗ 'ਚ ਆ ਕੇ ਅੱਖੀਆਂ 'ਚ ਪਾਣੀ ਵਾਲੇ ਗਾਣੇ ਦੀ ਕੰਪੋਜ਼ੀਸ਼ਨ ਟੈਂਪੋ ਬੜਾ ਅੱਛਾ ਸੀ ਉਸ ਟੈਂਪੋ 'ਚ ਬਣਾਈਏ 7 8 ਟੈਂਪੋ ਦੀਪ ਚੰਦੀ ਉਹਨੂੰ ਕਹਿੰਦੇ ਆ ਤੇ ਉਹ ਜਦੋਂ ਸ਼ੁਰੂ ਕੀਤਾ ਤੇ 2 ਮਿੰਟ 'ਚ ਕੰਪੋਜ਼ੀਸ਼ਨ ਤਿਆਰ ਫਿਰ ਉਹ ਗਾਣਾ ਰਿਕਾਰਡ ਕਰ ਲਿਆ ਤੇ ਬਸ ਜਦੋਂ ਮੇਰੇ ਨਾਲ ਇਦਾਂ ਹੋਈ ਹੈ ਕਿ ਜਿਹੜਾ ਗਾਣਾ ਸਭ ਤੋਂ ਬਾਅਦ ਚ ਅਸੀਂ ਰਿਕਾਰਡ ਕੀਤਾ ਨਾ ਉਹ ਬਾਈ ਚਾਂਸ ਬਹੁਤ ਜ਼ਿਆਦਾ ਦਿਲ ਦਿੱਤਾ ਨਹੀਂ ਸੀ ਸਭ ਤੋਂ ਲਾਸਟ ਚ ਕੀਤਾ ਸੀ ਹੋਰ ਕਾਫੀ ਐਸੇ ਗਾਣੇ ਆ ਤੇ ਇਹ ਵੀ ਗਾਣਾ ਸਭ ਤੋਂ ਲਾਸਟ ਚ ਅਸੀਂ ਬਣਾਇਆ ਸੀ ਤੇ ਉਹ ਬਸ ਐਸਾ ਫਿਰ ਲੋਕਾਂ ਨੂੰ ਪਸੰਦ ਆਇਆ ਤੇ ਉਹ ਤਮੀ ਸਾਬ ਵੈਸੇ ਹੀ ਬੜੇ ਕਮਾਲ ਦੇ ਰਾਈਟਰ ਹਾਂ ਬਹੁਤ ਕਮਾਲ ਦੇ ਸ਼ਾਇਰ ਹਨ ਤਮੀ ਸਾਬ ਬਹੁਤ ਕਮਾਲ ਦਾ ਗਾਣਾ ਸੁਣਨਾ ਸੁਣਨਾ ਜੀ ਹਾਂ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਇੱਕ ਗੱਲ ਮੇਰੇ ਯਾਦ ਆ ਗਈ ਮੈਂ ਜਦੋਂ ਗਾਣਾ ਰਿਲੀਜ਼ ਹੋਇਆ ਨਾ ਇਹ ਤੇ ਅਮਰੀਕਾ ਤੋਂ ਇੱਕ ਫੋਨ ਆ ਗਿਆ ਮੈਂ ਕਾਫੀ ਇੰਟਰਵਿਊ ਚ ਦੱਸਦਾ ਉਹ ਬੰਦਾ 14 ਸਾਲ ਹੋ ਗਏ ਸੀ ਉਹਨੂੰ ਗਏ ਨੂੰ ਤੇ ਉਥੇ ਗੈਸ ਸਟੇਸ਼ਨ ਤੇ ਕੰਮ ਕਰਦਾ ਹੁਣ ਉਹਨੂੰ ਸਪੈਸ਼ਲ ਫੋਨ ਆਇਆ ਸਭ ਤੋਂ ਵੱਡੀ ਗੱਲ ਕਿ ਮੇਰਾ ਫੋਨ ਮੇਰੇ ਕੋਲ ਹੀ ਹੁੰਦਾ ਜਦੋਂ ਵੀ ਤੁਸੀਂ ਕਾਲ ਕਰੋਗੇ ਮੇਰੇ ਮੈਂ ਆਪ ਹੀ ਚੱਕਦਾ ਲੋਕ ਕਈ ਵਾਰ ਤਾਂ ਕਿ ਪਛਾਣ ਨਹੀਂ ਪਾਜੀ ਨਛੱਤਰ ਗਿੱਲ ਦੀ ਆਵਾਜ਼ ਨਹੀਂ ਮੈਂ ਕਹਿੰਦਾ ਯਾਰ ਮੈਂ ਬੋਲ ਤੇ ਆਪ ਹੀ ਰਿਆਂ ਬਾਕੀ ਤੁਹਾਨੂੰ ਨਹੀਂ ਜੇ ਚਾਰ ਪੰਜ ਪਾਸੇ ਫੋਨ ਹੋ ਕੇ ਆਵੇ ਜੇ ਤੁਹਾਨੂੰ ਫੇਰ ਯਕੀਨ ਆਉਣਾ ਫੇਰ ਵੀ ਮੇਰੀ ਗਲਤੀ ਕੋਈ ਨਹੀਂ ਬਟ ਮੈਂ ਆਪ ਹੀ ਬੋਲ ਰਿਹਾ ਤੁਸੀਂ ਮੈਨੂੰ ਹੁਕਮ ਕਰੋ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਨਛੱਤਰ ਗਿੱਲ ਸਾਹਿਬ ਬੋਲਦੇ ਮੈਂ ਕਹਿੰਦਾ ਹਾਂਜੀ ਕਹਿੰਦਾ ਯਾਰ ਮੈਂ ਆਪਣੀ ਵਾਈਫ ਨੂੰ ਇੱਕ ਗਾਣਾ ਡੈਡੀਕੇ ਅਮਰੀਕਾ ਚ ਮਤਲਬ ਬੰਦਾ ਪੱਕਾ ਛੇਤੀ ਨਹੀਂ ਹੁੰਦਾ ਕਹਿੰਦਾ ਮੈਂ ਵਾਈਫ ਤੇ ਦੂਰ ਹੈ ਤੇ ਮੈਂ ਉਹ ਮੇਰੇ ਤੇ ਦੂਰ ਹੈ ਲੇਕਿਨ ਮੈਂ ਉਹਨੂੰ ਸੁਣਾਉਣਾ ਕਿ ਆਪਾਂ ਨੂੰ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਏ ਕਹਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਹਾਂ ਤੇ ਫਿਰ ਉਹ ਉਹ ਗਾਣਾ ਫਿਰ ਵੈਸੀ ਚੰਗਾ ਲੱਗਣ ਲੱਗ ਜਾਂਦਾ ਕਿ ਕਿਸੇ ਦੇ ਨਾਲ ਬੀਤੀ ਹੋਈ ਹੈ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀਓ ਸਾਡੇ ਨਹੀਂ ਸਹਗਤ ਕਦੇ ਆਈਆਂ ਨਾ ਉਹ ਰਾਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਉਹਦੇ ਚ ਇੱਕ ਅੰਤਰਾ ਕਿ ਮੇਰੀ ਕਿਸੇ ਗੱਲ ਉੱਤੇ ਸੋਹਣੀਏ ਜਦੋਂ ਤੂੰ ਤਾੜੀ ਮਾਰ ਤਾੜੀ ਮਾਰ ਹੱਸਦੀ ਹਿਰਾਂ ਵਾਲੇ தம்ਮੀ ਕੋਲੋਂ ਪੁੱਛ ਨੀ ਤੂੰ ਬਿਨਾ ਦੱਸੇ ਬਿਨਾ ਦੱਸੇ ਕੀ ਕੀ ਦੱਸਦੀ ਸੁਣੇ ਸੁਣੇ ਰਹਾਂ ਪਾ ਕੇ ਬਾਹਾਂ ਵਿੱਚ ਬਾਹ ਕਦੇ ਹੋਈਆਂ ਨਾ ਸਲਾਹ ਕਿੰਨਾ ਚਿਰ ਹੋ ਗਿਆ ਤਾਰਾਂ ਦੀ ਲੋਹੇ ਵਾਹ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਇਨਾ ਚਿਰ ਹੋ ਗਿਆ ਵਾਹ ਵਾਹ ਕੀ ਬਾਤ ਆ ਬਾਈ ਜੀ ਸਿਰਫ ਕਮਾਲ ਸੱਚੀ ਮੁੱਚੀ ਸੋ ਬਾਈ ਜੀ ਇਸ ਗੀਤ ਨੂੰ ਸੁਣਨ ਤੋਂ ਬਾਅਦ ਕਿਸ ਨੇ ਕਿ ਕਿਹੜੇ ਗਮ ਚ ਡੁੱਬਿਆ ਨਹੀਂ ਬੰ ਗਾਣੇ ਤਾਂ ਗਾਣੇ ਬਣਦੇ ਤਾਂ ਆ ਕਿ ਫੀਲ ਕਰਾਉਣਾ ਅਗਲੇ ਨੂੰ ਕਿ ਇਹ ਬੀਤੀ ਆ ਕਿਸੇ ਵਾਹ ਹਾਂ ਗਾਣਾ ਸਰਬਸਾਂਝਾ ਸਬਦਾ ਤਾਂ ਬਿਲਕੁਲ ਹਾਂ ਤਾਂ ਹੀ ਗਾਣੇ ਉਹ ਪਰਵਾਨ ਤਾਂ ਹੀ ਹੁੰਦਾ ਗਾਣਾ ਜੇ ਬੰਦੇ ਨੂੰ ਲੱਗੇ ਕਿ ਮੇਰੇ ਨਾਲ ਬੀਤੀ ਆ ਬਿਲਕੁਲ ਸੱਚ ਹੈ ਪਰ ਬਾਈ ਜੀ ਕੋਈ ਇਹੋ ਜਿਹਾ ਗਾਣਾ ਵੀ ਹੈਗਾ ਜ ਜਿਹਨੂੰ ਸੁਣਨ ਤੋਂ ਬਾਅਦ ਜਿਹੜਾ ਰਿਕਾਰਡ ਹੋਇਆ ਹੋਵੇ ਹਿੱਟ ਵੀ ਹੋ ਗਿਆ ਹੋਵੇ ਪਰ ਉਹਨੂੰ ਸੁਣਨ ਤੋਂ ਬਾਅਦ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਇਹ ਤੋਂ ਵਧੀਆ ਗਾ ਸਕਦਾ ਸੀ ਮੈਂ ਉਹ ਸਾਰਿਆਂ ਗਾਣਿਆਂ ਚਿੱਦਾਂ ਹੁੰਦੀ ਆ ਤੁਸੀਂ ਜਿੱਦਾਂ ਜਿੱਦਾਂ ਉਹ ਗਾਣੇ ਨੂੰ ਕਿਉਂਕਿ ਤੁਸੀਂ ਉਹਦੀ ਪ੍ਰੋਗਰਾਮਿੰਗ ਕਰ ਲਈ ਉਸ ਤੋਂ ਬਾਅਦ 10 ਵਾਰੀ ਸੁਣਿਆ ਗਾਣਾ ਜਾ ਕੇ ਰਿਕਾਰਡ ਕਰ ਲਿਆ ਉਸ ਤੋਂ ਬਾਅਦ ਤੁਸੀਂ ਸੁਣੀ ਜਾਂਦੇ ਆ ਉਦੋਂ ਤੱਕ ਗਾਣਾ ਮਿਕਸ ਹੋ ਕੇ ਵੀ ਆ ਜਾਂਦਾ ਫਿਰ ਤੁਸੀਂ ਸੁਣਦੇ ਫਿਰ ਤੁਸੀਂ ਕਈ ਵਾਰ ਨਹੀਂ ਇੱਥੇ ਆ ਵੀ ਹਰਕਤ ਨਹੀਂ ਲਈ ਜਾ ਸਕਦੀ ਹਾਂ ਆ ਵੀ ਹਰਕਤ ਲਈ ਜਾ ਸਕਦੀ ਹੈ ਇਸ ਰਾਗ ਜੇ ਇੱਥੇ ਇਹ ਜਗ੍ਹਾ ਬਣਦੀ ਸੀ ਹਾਂ ਉਹ ਹੋਣੀ ਵੀ ਚਾਹੀਦੀ ਉਹ ਫਿਰ ਜਿਹੜਾ ਕੀੜਾ ਹੁੰਦਾ ਨਾ ਉਹ ਸਟੇਜ ਤੇ ਜਾ ਕੇ ਕੱਢ ਲਈਦਾ ਵਾਹ ਵਾਹ ਹਾਂ ਇਹੀ ਤਾਂ ਨਖਾਰ ਹਾਂ ਉਹ ਫਿਰ ਉਹ ਅਭਿਆਸ ਹਾਂ ਜੀ ਨਾਲੇ ਟਾਣਾ ਸਾਹਿਬ ਇਹ ਸਿੱਖੇ ਹੋਏ ਦੀ ਪਛਾਣ ਵੀ ਹੈ ਬਿਲਕੁਲ ਸੱਚ ਕੁਛ ਅੰਦਰ ਹੋਊਗਾ ਜੋ ਕਹਿੰਦੇ ਨਾ ਟੈਂਕੀ ਚ ਹੋਊਗਾ ਉਹੀ ਟੂਟੀ ਰਾਹੀਂ ਆਊਗਾ ਨਾ ਆਹ ਚਲੋ ਸਿੱਖੇ ਦਾ ਵੀ ਹੈ ਕੁਝ ਇਦਾਂ ਵੀ ਹੈ ਕਿ ਉਹ ਤੋਂ ਅੰਦਰੋਂ ਵੀ ਆਉਂਦਾ ਕਈ ਵਾਰੀ ਨਾ ਮੈਂ ਸਿੱਖਿਆ ਤੇ ਮੈਂ ਵੀ ਬਹੁਤ ਘਟਿਆ ਜਿੰਨਾ ਕਿ ਸਿੱਖਿਆ ਬੜੇ ਰੀਜ ਨਾਲ ਸਿੱਖਣਾ ਹੁੰਦਾ ਕਿ ਤੁਹਾਨੂੰ ਉਸਤਾਦ ਜੀ ਦੋ ਜੋ ਦੱਸਦੇ ਆ ਨਾ ਉਹ ਤੁਸੀਂ ਜਲਦੀ ਉਹਨੂੰ ਜਜ਼ਬ ਕਰ ਲਓ ਹੂੰ ਉਹ ਉਸਤਾਦ ਜੀ ਦੱਸਦੇ ਦੱਸਦੇ ਨਾ ਥੱਕ ਜਾਣ ਤੁਸੀਂ ਸੁਣਦੇ ਸੁਣਦੇ ਨਾ ਥੱਕ ਜਾਓ ਹਨਾ ਸੱਚੋ ਮੈਨੂੰ ਜੇ ਮੇਰੇ ਉਸਤਾਦ ਜੀ ਨੇ ਬੜੇ ਪਿਆਰ ਨਾਲ ਮੈਨੂੰ ਸਿਖਾਇਆ ਤੇ ਮੈਂ ਜਿੰਨਾ ਜਿੰਨੀ ਕੁ ਦੇਰ ਸਿੱਖ ਸਕਿਆ ਉਹ ਮੈਂ ਸਿੱਖ ਗਿਆ ਉਸ ਤੋਂ ਬਾਅਦ ਤੁਹਾਡੀ ਮਿਹਨਤ ਹੈ ਆਪਣੀ ਸਹੀ ਜਿੰਨੀ ਤੁਸੀਂ ਕਰ ਲੋਗੇ ਉਨੇ ਤੁਹਾਨੂੰ ਜਿੰਨੀ ਵਾਰੀ ਤੁਸੀਂ ਗਾਣਾ ਮਤਲਬ ਮੈਂ ਫਗਵਾੜੇ ਤੋਂ ਇੱਥੇ ਆ ਰਿਆਂ ਜਲੰਧਰ ਆ ਰਿਆਂ ਤੇ ਤੁਸੀਂ ਜਿੰਨੇ ਗੇੜੇ ਮਾਰੋਗੇ ਨਾ ਤੁਹਾਨੂੰ ਪਤਾ ਲੱਗ ਜਾਣਾ ਇੱਥੇ ਆ ਕੇ ਖੱਡਾ ਆਉਂਦਾ ਇੱਥੋਂ ਗੱਡੀ ਹੌਲੀ ਕਰਦਾ ਸੱਚ ਹੈ ਨਾ ਉਹ ਆਟੋਮੈਟਿਕ ਹੋਣ ਲੱਗ ਜਾਂਦਾ ਇਸ ਇੱਦਿ ਤੁਸੀਂ ਜਿੰਨੀ ਵਾਰੀ ਕੰਪੋਜੀਸ਼ਨ ਗਾਓਗੇ ਨਾ ਤੁਹਾਡੇ ਰਟਦੀ ਜਾਂਦੀ ਹੈ ਇੱਕ ਵਾਰੀ ਗਾਉਣ ਤੋਂ ਬਾਅਦ ਤੁਹਾਡੇ ਚ ਹੋਰ ਫੀਲ ਆ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਇੱਥੇ ਜਗ੍ਹਾ ਹੈਗੀ ਹੈ ਇੱਥੇ ਇਹ ਹਰਕਤ ਲਈ ਜਾ ਸਕਦੀ ਛੋੜੀ ਬਹੁਤ ਖੂਬ ਇਹ ਵੀ ਗੱਲ ਸੱਚ ਆ ਬਿਲਕੁਲ ਭਾਈ ਜੀ ਫਿਰ ਤੁਸੀਂ ਅਰਦਾਸ ਦੀ ਗੱਲ ਕਰਦੇ ਆ ਉਹ ਜੋ ਤੁਸੀਂ ਗਾਤਾ ਨਾ ਉਹ ਵੀ ਸ਼ਾਕਾਰ ਆ ਬਾਬੇ ਦੀ ਕਰ ਇਹ ਤੁਹਾਡੇ ਹਿੱਸੇ ਦੇ ਵਿੱਚ ਕਿਵੇਂ ਆਇਆ ਇਹ ਬਾਈ ਚਾਂਸ ਤੁਸੀਂ ਫਿਲਮ ਦੇ ਗਾਣੇ ਦੀ ਗੱਲ ਇਹ ਕਰ ਰਹੇ ਹੋ ਜੀ ਜੀ ਉਹ ਕਿਤੇ ਇਕੱਠੇ ਹੋ ਗਿਆ ਖੰਨੇ ਨਾ ਹੈ ਸੀ ਲਾਭ ਜੰджуਆ ਸਾਹਿਬ ਦਾ ਅੰਤਮ ਅਰਦਾਸ ਸੀ ਤੇ ਉਹ ਤੋਂ ਫਿਲਮ ਇਹਨਾਂ ਨੇ ਸ਼ੁਰੂ ਕੀਤੀ ਹੋਈ ਸੀਗੀ ਪੀ ਗਰੇਵਾਲ ਸਾਹਿਬ ਨੇ ਅਰਦਾਸ ਤੇ ਉਹ ਕਹਿੰਦੇ ਕਿ ਬਾਜੀ ਆਪਾਂ ਮਿਲਣਾ ਬਾਅਦ ਮੈਂ ਕਿਹਾ ਜ਼ਰੂਰ ਮਿਲਦੇ ਆ ਫਿਰ ਉਹ ਮੈਨੂੰ ਪਿਆ ਕੇ ਇੱਕ ਗਾਣਾ ਆ ਬਾਜੀ ਟਾਈਟ ਟ੍ਰੈਕ ਨਾਲ ਅਰਦਾਸ ਫਿਲਮ ਅਸੀਂ ਸ਼ੁਰੂ ਕੀਤੀ ਐ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਭੇਜ ਦਿਓ ਕਹਿੰਦੇ ਨਹੀਂ ਤੁਸੀਂ ਸਟੂਡੀਓ ਆ ਸਕਦੇ ਕੱਲ ਮੈਂ ਕਿਹਾ ਆ ਜੂਗਾ ਜਯਤੇਂਦਰ ਸ਼ਾਹ ਜੀ ਦਾ ਉਹ ਗਾਣਾ ਹੈਗਾ ਤੇ ਉਹ ਜਦੋਂ ਮੈਂ ਸਟੂਡੀਓ ਪਹੁੰਚਿਆ ਉਹ ਕੁਦਰਤੀ ਕੰਪੋਜੀਸ਼ਨ ਹੋਰ ਬੂਲ ਐਸੀ ਸੀਗੀ ਫਿਰ ਉਹਨਾਂ ਦਾ ਡੱਬ ਕਰਾਉਣ ਦਾ ਤਰੀਕਾ ਫਿਰ ਉਹ ਜਦੋਂ ਤੁਹਾਨੂੰ ਗਾਣਾ ਚੰਗਾ ਲੱਗੇ ਫਿਰ ਤੁਸੀਂ ਉਹ ਜੋ ਦੱਸਦੇ ਆ ਫਿਰ ਉਹ ਤੁਸੀਂ ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਆ ਗਾਣਾ ਉਹ 20 ਮਿੰਟ ਚ ਡੱਬ ਹੋ ਗਿਆ ਸੀ ਲੇਕਿਨ ਉਹ ਗਾਣੇ ਦੀ ਕੰਪੋਜੀਸ਼ਨ ਜਾਂ ਹੋਰ ਰਵਾਨਗੀ ਐਸੀ ਬਣ ਗਈ ਉਹਦੇ ਚ ਤੇ ਉਹ ਸ਼ਾਹ ਜੀ ਕਹਿੰਦੇ ਹੋ ਗਿਆ ਨਿਸ਼ਾਤਰਪਾ ਜੀ ਤੇ ਗਿਪੀ ਗਰੇਵਾਲ ਸਾਹਿਬ ਵੀ ਕੋੜੀ ਸੀ ਕਹਿੰਦੇ ਨਹੀਂ ਪਾਜੀ ਮੂੜ ਚਾ ਗਾ ਲੈਣ ਦੇ ਹੋਰ ਉਹ ਕਈ ਕਈ ਜਿਹੜੀਆਂ ਜਿਹੜੀਆਂ ਬਰੀ ਮੁਰਕੀਆਂ ਨਾ ਉਹ ਚੋਂ ਬਾਅਦ ਚ ਰਵਾਨਗੀ ਚ ਲੈ ਗਈਆਂ ਗਈਆਂ ਉਹ ਹੈ ਸੀ ਦਾਤਾ ਜੀ ਮੇਰ ਕਰੋ ਦਾਤਾ ਜੀ ਇੱਕ ਤਾਂ ਸਿੱਧੀ ਸੀ ਮੇਰ ਕਰ ਇੱਕ ਵਾਰ ਮੇਰ ਕਰੋ ਉਹ ਫਿਰ ਜਦੋਂ ਤੁਸੀਂ ਜਿੱਦਾਂ ਗਾਈ ਜਾਂਦੇ ਆ ਨਾ ਉਪਰ ਸੌਣ ਲੱਗਦਾ ਇੱਥੇ ਇਹ 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 ਮੁਰਕੀ ਲਈ ਜਾ ਸਕਦੀ ਹਾਂ ਉਹ ਗਾਣਾ ਮੇਰੇ ਲਈ ਐਸਾ ਮੀਲ ਪੱਥਰ ਸਾਫਤ ਹੋਇਆ ਕੋਈ ਸ਼ੱਕ ਨਹੀਂ ਜਿੰਦਗੀ ਦਾ ਬਹੁਤ ਬਿਹਤਰੀਨ ਗਾਣਾ ਸੀ ਉਹ ਸਾਰੀ ਟੀਮ ਦਾ ਬਹੁਤ ਧੰਨਵਾਦ ਕਿ ਉਹ ਮੇਰੇ ਹਿੱਸੇ ਆਇਆ ਅ ਉਸ ਤੋਂ ਬਾਅਦ ਮੈਂ ਟਾਈਟਲ ਟਰੈਕ ਬਹੁਤ ਫਿਲਮਾਂ ਦੇ ਗਾਏ ਫਿਰ ਮੈਂ ਥੋੜਾ ਜਿਹਾ ਉਹ ਬੋਲ ਆ ਜਣਾ ਅਰਦਾਸ ਕਰਾਂ ਹਮ ਅਰਦਾਸ ਕਰਾਂ ਹੁਣ ਕਈਆਂ ਦੇ ਕਮੈਂਟ ਉਹ ਆਣੇ ਕਿ ਤੁਸੀਂ ਸਿਰ ਤੇ ਰਮਾਲ ਨਹੀਂ ਲਿਆ ਹਨਾ ਰਮਾਲ ਹੈ ਨਹੀਂ ਉਹਦੇ ਲਈ ਗੁਸਤਾਖੀ ਵਾਸਤੇ ਮਾਫੀ ਗੁਸਤਾਖੀ ਹੈ ਹਨਾ ਤੇ ਹੰ ਅਰਦਾਸ ਕਰਾਂ ਅਰਦਾਸ ਕਰਾਂ ਹਰ ਸਵਾਸ ਕਰਾਂ ਮੇਰੇ ਪ੍ਰੀਤਮਾ ਜਿਓ ਦਾਤਾ ਤੂੰ ਬਖਸ਼ਣ ਹਾਰਾ ਸਤਗੁਰੂ ਤੂੰ ਬਖਸ਼ਣ ਹਾਰਾ ਕਰ ਸਭ ਦਾ ਪਾਰ ਉਤਾਰਾ ਮੇਰੇ ਪ੍ਰੀਤਮਾ ਜਿਓ ਅਰਦਾਸ ਕਰਾਂ ਅਰਦਾਸ ਕਰਾਂ ਹਰ ਸੁਆਸ ਕਰਾਂ ਮੇਰੇ ਪ੍ਰੀਤਮ ਜੀਓ ਵਾਹ ਵਾਈ ਗੁਰ ਬੰਦਾ ਇਹ ਕਰਦਾ ਵੀ ਇਹ ਸੁਣੀ ਜਾਓ ਹਾਂ ਸਹੀ ਆ ਕਈ ਕਾਫੀ ਐਸੇ ਗਾਣੇ ਆ ਧਾਰਮਿਕ ਇਸ ਤੇ ਵੈਸੇ ਹੀ ਤੁਹਾਡੀ ਰੂਹ ਲੱਗ ਜਾਂਦੀ ਆ ਬਿਲਕੁਲ ਸੱਚ ਆ ਭਾਈ ਜੀ ਫਿਰ ਤੁਸੀਂ ਇੱਕ ਗੀਤ ਐਸਾ ਲੋਕਾਂ ਨੂੰ ਭਾਵਕ ਕਰਨ ਵਾਲਾ ਜੀ ਭੁਬ ਕਢਾਉਣ ਵਾਲਾ ਹਾਂ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਡਿੱਗਣ ਵਾਲਾ ਗਾਇਆ ਹਾਂ ਸਿਵਾ ਹਾਂ ਰਪਿੰਦਰ ਗਾਂਧੀ ਫਿਲਮ ਵਾਲਾ ਬਿਲਕੁਲ ਬੜਾ ਅੱਛਾ ਗਾਣਾ ਬਈ ਉਹ ਮੈਨੂੰ ਲੱਗਦਾ ਵੀ ਕੋਈ ਜਿੰਨਾ ਮਰਜ਼ੀ ਵੱਡਾ ਜੇਰੇ ਵਾਲਾ ਬੰਦਾ ਹੋਵੇ ਜਿੰਨਾਂ ਲੇਮਨ ਵਾਲਾ ਹੋਵੇ ਉਹ ਰੋ ਹੀ ਪੈਂਦਾ ਉਹ ਬੰਦਾ ਫਿਰ ਵੀ ਭਾਵਕ ਹੋ ਜਾਂਦਾ ਹਾਂ ਭਾਈ ਜੀ ਉਹ ਗੀਤ ਗਾਉਣ ਵੇਲੇ ਤੁਹਾਡੀ ਮਨੋਸਥਿਤੀ ਕੀ ਸੀ ਉਹ ਗਾਣਾ ਮੈਨੂੰ ਬੀਤ ਬਲਜੀਤ ਸਾਹਿਬ ਦਾ ਲਿਖਿਆ ਹੋਇਆ ਬੜਾ ਕਮਾਲ ਦਾ ਗਾਣਾ ਕੰਪੋਜੀਸ਼ਨ ਵੀ ਉਹਨਾਂ ਦੀ ਹੈ ਉਹ ਜਦੋਂ ਆ ਕੇ ਉਹਨਾਂ ਨੇ ਮੈਨੂੰ ਸੁਣਾਇਆ ਤੇ ਮੈਂ ਕਿਹਾ ਯਾਰ ਗਾਣਾ ਬਹੁਤ ਅੱਛਾ ਤੁਸੀਂ ਮੈਨੂੰ ਇੱਕ ਵਾਰੀ ਫਿਲਮ ਦੀ ਉਹ ਕਿੱਥੇ ਲੱਗਣਾ ਗਾਣਾ ਇਹ ਇੱਕ ਤਾਂ ਮੈਨੂੰ ਸਟੋਰੀ ਉਹਦੀ ਦੱਸੋ ਕਿੱਥੇ ਇਹ ਗਾਣਾ ਤੁਸੀਂ ਫਰਮਾਉਣਾ ਉਸ ਵੇਲੇ ਦਾ ਸੀਨ ਕੀ ਹੋਏਗਾ ਉਹ ਜਦੋਂ ਉਹਨਾਂ ਨੇ ਸਾਰਾ ਐਕਸਪਲੇਨ ਕੀਤਾ ਫਿਰ ਫਿਰ ਤੁਸੀਂ ਉਸ ਤਰਤੀਬ ਨਾਲ ਉਸ ਕੰਪੋਜੀਸ਼ਨ ਨੂੰ ਉਹ ਫੀਲ ਦੇ ਹਿਸਾਬ ਨਾਲ ਫਿਰ ਢਾਲ ਲੰਨੇ ਆ ਉਹ ਗਾਣਾ ਕਰਦਾ ਕਰਦਾ ਮੈਨੂੰ ਲੱਗਦਾ ਮੈਂ ਆਪ ਵੀ ਰੋ ਪਿਆ ਸੀ ਹਨਾ ਕਈ ਗਾਣੇ ਕਈ ਕੰਪੋਜੀਸ਼ਨ ਐਸੀਆਂ ਹੁੰਦੀਆਂ ਤੁਹਾਡੇ ਗਾਲਾ ਭਰੇ ਆਉਂਦਾ ਤੁਹਾਡਾ ਮਨ ਭਰੇ ਆਉਂਦਾ ਨਾ ਸੋ ਇਹ ਹੋ ਸਕਦਾ ਤੁਹਾਡੇ ਨਾਲ ਸਾਰੇ ਲੋਕਾਂ ਨਾਲ ਵੀ ਤੂੰ ਕਿਸੇ ਨਾ ਕਿਸੇ ਦਾ ਤਾਂ ਗਿਆ ਗਿਆ ਬਿਲਕੁਲ ਸਾਰਿਆਂ ਦੇ ਗਏ ਆ ਤੁਹਾਨੂੰ ਉਹ ਉਹ ਗਾਣਾ ਉਹ ਅੱਖਾਂ ਮੂਰੇ ਦ੍ਰਿਸ਼ ਆ ਜਾਂਦਾ ਦ੍ਰਿਸ਼ ਆ ਜਾਂਦਾ ਹਾਂ ਉੱਪਰ ਗਾਣਾ ਮੈਨੂੰ ਲੱਗਦਾ ਸੀ ਕਿ ਮੈਂ ਇਸ ਕਰਕੇ ਨਹੀਂ ਸੀ ਬਣਾਇਆ ਜਾਂ ਗਾਇਆ ਕਿ ਉਹ ਅੱਜਕੱਲ ਹਰ ਜਦੋਂ ਵੀ ਕਿਸੇ ਦੀ ਹੁੰਦੀ ਹੈ ਮੌਤ ਹੁੰਦੀ ਹੈ ਉਹ ਬੈਕਗ੍ਰਾਉਂਡ ਤੇ ਉਹੀ ਗਾਣਾ ਚੱਲਦਾ ਹੁੰਦਾ ਖੁਸ਼ੀਆਂ ਵਾਲੇ ਗਾਣੇ ਤਾਂ ਆਪਾਂ ਬਹੁਤ ਸੁਨੇ ਆ ਜੀ ਉਦਾਸੀ ਵਾਲੇ ਬਹੁਤ ਸੁਨੇ ਆ ਜੀ ਦੁਗਾਨੇ ਬੜੇ ਸੁਨੇ ਆ ਪਰ ਮੌਤ ਨਾਲ ਜੋੜ ਕੇ ਗਾਣਾ ਹਾਂ ਤੇ ਜਦੋਂ ਵੀ ਕੋਈ ਤੁਰ ਜਾਂਦਾ ਤੇ ਬੰਦਾ ਉਹਦੇ ਨਾਲ ਸੰਬੰਧਤ ਉਸ ਗੱਲ ਨੂੰ ਰੱਖਦਾ ਇਹ ਮੈਂ ਬਹੁਤ ਵਿਰਲੇ ਟਾਵੇਂ ਥਾਂ ਤੇ ਦੇਖਿਆ ਅਸਲ ਦੇ ਵਿੱਚ ਨਾ ਕੁਝ ਗਾਣੇ ਟੈਣਾ ਸਾਹਿਬ ਇਹੋ ਜਿਹੇ ਹੁੰਦੇ ਜਿਹੜੇ ਬੜਾ ਹੌਸਲਾ ਜਾਂ ਰੱਖ ਕੇ ਤੁਹਾਨੂੰ ਸੁਣਨੇ ਪੈਂਦੇ ਨੇ ਹਨਾ ਵੀ ਇਹ ਉਹ ਗਾਣਾ ਹੈ ਮੈਂ ਨਿੱਜੀ ਤੌਰ ਤੇ ਤੁਹਾਨੂੰ ਦੱਸ ਦਿਆਂ ਵੀ ਗਾਣਾ ਬਹੁਤ ਮਸ਼ਹੂਰ ਹੈ ਚੰਗਾ ਬਹੁਤ ਹੈ ਗਾਇਆ ਬਹੁਤ ਫੀਲ ਨਾਲ ਹੈ ਪਰ ਮੈਂ ਹਮੇਸ਼ਾ ਕਤਰੌਨੀ ਆ ਇਹਨੂੰ ਸੁਣਨ ਤੋਂ ਕਿਉਂਕਿ ਬੰਦਾ ਨਾ ਆਪਣੀਆਂ ਭਾਵਨਾਵਾਂ ਤੇ ਆ ਹੁਣ ਵੀ ਗੱਲ ਕਰਦੇ ਆ ਮਤਲਬ ਤੁਸੀਂ ਐਕਸਪਲੇਨ ਹਾਂ ਯਾਦ ਆ ਜਾਂਦਾ ਕੁਝ ਤੁਹਾਡੇ ਆਪਣੇ ਯਾਦ ਆ ਜਾਂਦੇ ਆ ਦੋਬੋਰ ਹਾਂ ਹਾਂ ਉਹ ਤੇ ਕੁ ਅੰਦਰ ਹਰ ਵਕ ਹਰੇ ਅੱਖ ਚੋਂ ਅੱਜ ਵਗਣ ਕਰਾਣਾ ਤੂੰ ਜਿੰਨਾ ਦਾ ਸੀ ਦਰਦੀ ਮੌਤ ਕਿਸੇ ਨਾਲ ਕਿੱਥੋਂ ਛੱਲਿਆ ਕਰਦੀ ਦੱਸ ਹਮਦਰਦੀ ਤਰ ਟੁੱਟ ਗਿਆ ਏ ਘੜਾ ਫੁੱਟ ਗਿਆ ਏ ਓ ਯਾਰਾ ਕੀ ਸੀ ਉਹਦੇ ਚ ਬੁੱਲੇ ਗਾਉਂਦੇ ਗਾਉਂਦੇ ਯਾਦ ਪੁੱਲ ਜਾਂਦਾ ਪਰ ਉਹ ਗਾਣਾ ਐਸਾ ਸੀ ਮੈਂ ਤੁਸੀਂ ਦੇਖੋ ਮੇਰੇ ਨਾਲ ਐਸੀਆਂ ਹੋਈਆਂ ਕਿ ਜਦੋਂ ਮੇਰਾ ਜੀਵਨ ਸਾਥੀ ਗਿਆ ਤੇ ਉਹ ਜਦੋਂ ਜਾ ਰਿਹਾ ਸੀ ਉਹਦਾ ਕਾਫਲਾ ਤੇ ਉਦੋਂ ਵੀ ਇਹ ਗਾਣਾ ਐਡਿਟ ਕਰਕੇ ਲਾਇਆ ਹੋਇਆ ਸੀ ਉਹ ਉਹ ਮਨੁਸਤੀ ਤੁਹਾਡੀ ਹੋਰ ਹੁੰਦੀ ਹੈ ਨਾ ਬੜਾ ਕੁਝ ਇਹ ਇਹ ਬਹੁਤ ਸ਼ਰੀ ਭਾਵਕ ਹੁੰਦੇ ਆ ਜੇ ਜੇ ਤਾਂ ਦਿਲ ਚੰਗਾ ਹੋ ਇੱਕ ਦਿਨ ਹੁੰਦਾ ਤੁਹਾਨੂੰ ਆਪਣੀ ਯਾਦ ਆ ਜਾਂਦੇ ਆ ਅਗਲੀ ਜਿਹੜੀ ਗੱਲ ਪੁੱਛਣੀ ਆ ਉਹ ਸੰਕੋਚ ਕੇ ਪੁੱਛਦਾ ਮੈਂ ਹੂੰ ਸਾਡੇ ਸਤਿਕਾਰਯੋਗ ਭੈਣ ਜੀ ਜੀ ਦੁਨੀਆਂ ਦੇ ਉੱਤੇ ਨਹੀਂ ਰਹੇ ਹਾਂ ਵੜ ਵੜ ਖਾਂਦਾ ਹੋਣਾ ਕਰ ਬਿਲਕੁਲ ਬੱਚੇ ਬਾਹਰ ਹਾਂ ਉਹ ਫਿਰ ਕੀ ਜਦੋਂ ਤੁਸੀਂ ਉਹ ਤੰਦਰੁਸਤ ਸੀ ਜਿਉਂਦੇ ਜਾਗਦੇ ਸੀ ਹੂੰ ਗਾਇਕ ਦੇ ਲਈ ਪਤਨੀ ਦੀ ਆਮ ਨਾਲੋਂ ਵੀ ਵੱਧ ਜ਼ਰੂਰਤ ਹੁੰਦੀ ਬਿਲਕੁਲ ਹੁੰਦੀ ਕਿਉਂਕਿ ਆਪਾਂ ਜਿੰਨੇ ਇੱਕ ਮਰਜ਼ੀ ਕਰੀਏ ਮੈਨੇਜਰ ਹੈ ਇੱਕ ਆ ਹੈ ਪਰ ਜੋ ਮੈਨੇਜ ਕਰਦੇ ਵਿੱਚ ਕਰਨਾ ਪ੍ਰਬੰਧਨ ਕਰਦੇ ਵਿੱਚ ਕਰਨਾ ਉਹ ਨਹੀਂ ਕੋਈ ਕਰ ਸਕਦਾ ਨਹੀਂ ਕਰ ਸਕਦਾ ਹਾਂ ਉਹ ਮਹਿਸੂਸ ਕੀ ਕਰਦੇ ਹੋ ਟੁੱਟ ਜਾਂਦੇ ਆ ਉਹ 2018 ਚ ਅਸੀਂ ਬਾਹਰ ਚੱਲ ਗਏ ਸੀ ਉਸ ਤੋਂ ਪਹਿਲਾਂ ਤੇ ਫਗਵਾੜੇ ਸੀਗੇ ਮਤਲਬ ਪ੍ਰੈਪਰੇਸ਼ਨ ਪੂਰੀ ਮਿਲਦੀ ਸੀ ਕਿ ਕੱਪੜੇ ਪ੍ਰੈਸ ਕੀਤੇ ਪ੍ਰੋਗਰਾਮ ਤੇ ਜਾਣਾ ਦੂਜੇ ਦਿਨ ਆ ਨਾ ਸਾਰਾ ਕੁਝ ਸਾਰਾ ਤਾਮ-ਚਾਮ ਮਤਲਬ ਫਿਕਰ ਨਹੀਂ ਸੀ ਹੁੰਦਾ ਕਈ ਵਾਰ ਰਾਤ ਚ ਜਾਂਦੇ ਜਾਂਦੇ ਮੈਂ ਫੋਨ ਕਰਨਾ ਪਹੁੰਚ ਕੇ ਤੇ ਉਹਨਾਂ ਕਹਿੰਦਾ ਕੀ ਗੱਲ ਕੋਈ ਸਮਾਨ ਰਹਿ ਗਿਆ ਮੈਂ ਕਹਿੰਦਾ ਨਹੀਂ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਂ ਪਹੁੰਚ ਗਿਆ ਹਾਂ ਹੈਨਾ ਤੇ ਫਿਰ 2018 ਤੋਂ ਜ਼ਿਆਦਾਤਰ ਬਾਹਰ ਹੀ ਰਹੇ ਆ ਬੱਚਿਆਂ ਕੋਲੇ ਮੈਂ ਤੇ ਸੀਜ਼ਨ 'ਚ ਇੱਥੇ ਆ ਜਾਂਦਾ ਸੀ ਮੈਨੂੰ ਹੁੰਦਾ ਸੀ ਪਹਿਲੀ ਰਾਤ ਮੈਂ ਥੋੜਾ ਜਿਹਾ ਲੇਟ ਆਇਆ ਤੇ ਕੱਲ ਮੈਂ ਸਵੇਰੇ ਬੰਦਰ ਜਲਦੀ ਜਾਣਾ ਤੇ ਮਿੱਤੂ ਸ਼ਾਇਦ ਉੱਠਿਆ ਨਾ ਜਾਵੇ ਮੈਨੂੰ 5 ਵਜੇ ਉਠਾ ਦੇ ਹੂੰ ਉਹਨੇ ਫਿਰ ਮੈਨੂੰ 5 ਵਜੇ ਪੂਰੇ ਕਾਲ ਕਰਨੀ ਕਿ ਉੱਠ ਕੇ ਤਿਆਰ ਹੋ ਜਾ ਜਦ ਅੱਜ ਦੂਰ ਹੈ ਪ੍ਰੋਗਰਾਮ ਹੈਨਾ ਉਹ ਸਾਰਾ ਕੁਝ ਹੋਏ ਨਹੀਂ ਸਕਦਾ ਤੁਸੀਂ ਘਰ ਦੀਆਂ ਜਿਹੜੀਆਂ ਸਲਾਹਾਂ ਆਪਣੇ ਜੀਵਨ ਸਾਥੀ ਨਾਲ ਕਰ ਸਕਦੇ ਆ ਉਹ ਤੁਸੀਂ ਨਾ ਬੱਚਿਆਂ ਨਾਲ ਕਰ ਸਕਦੇ ਆ ਨਾ ਕਿਸੇ ਭੈੜ ਭਰਾ ਨਾਲ ਕਰ ਸਕਦੇ ਆ ਹਨ ਉਹ ਉਹਦੀ ਜਦੋਂ ਗਈ ਹੈ ਤੇ ਉਤੋਂ ਥੋੜੇ ਦਿਨ ਬਾਅਦ ਹੀ ਸਾਡੇ ਜਦੋਂ ਮਿੱਤਰਾਂ ਦਾ ਪ੍ਰੋਗਰਾਮ ਸੀ ਮੈਂ ਕਰਦਾ ਤਾਂ ਨਹੀਂ ਸੀ ਲੇਕਿਨ ਉਹ ਕਹਿੰਦੇ ਨਹੀਂ ਬਾਜੀ ਵੀ ਆਪਾਂ ਕਰਦਾ ਹੈ ਤੁਹਾਡਾ ਮਨ ਉਧਰ ਪੈ ਜਾਊਗਾ ਨਾ ਉਹ ਮੈਂ ਪਹਿਲਾਂ ਵੀ ਦੱਸਿਆ ਕਈ ਵਾਰੀ ਗੱਲ ਕਿ ਉਹ ਜਦ ਮੈਂ ਉੱਥੇ ਜਾ ਕੇ ਫੋਨ ਦੇਖ ਰਿਹਾ ਜਦੋਂ ਪ੍ਰੋਗਰਾਮ ਖਤਮ ਕਰ ਲਿਆ ਬੇਟਾ ਮੇਰੇ ਨਾਲ ਗਿਆ ਹੋਇਆ ਕਹਿੰਦਾ ਪਾਪਾ ਕੀ ਦੇਖਦਾ ਮੈਂ ਕਿਹਾ ਕੁਝ ਨਹੀਂ ਵੀ ਆ ਹੁਣ ਤੱਕ ਫੋਨ ਉਹਦਾ ਆ ਜਾਣਾ ਸੀ ਜਾਂ ਮੈਂ ਕਰਨਾ ਸੀ ਕਿ ਮੈਂ ਚੱਲਣ ਲੱਗਿਆ ਵਸ ਤਿੰਨ ਚਾਰ ਘੰਟੇ ਲੱਗਣੇ ਸੋ ਉਹ ਉਹ ਤੁਸੀਂ ਉਹ ਜੀਵਨ ਸਾਥੀ ਜਿਹੜਾ ਉਹ ਉਹ ਜੀਵਨ ਸਾਥੀ ਉਹਨੂੰ ਤਾਂ ਹੀ ਕਹਿੰਦੇ ਆ ਹਮ ਬਿਲਕੁਲ ਕਿ ਉਹ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੈ ਔਰ ਉਹਦੇ ਖਾਸੀਅਤ ਇਹ ਹੁੰਦੀ ਹੈ ਵੈਸੇ ਤਾਂ ਸਾਰਿਆਂ ਦੇ ਇਦਾਂ ਦੇ ਹੁੰਦੇ ਆ ਲੇਕਿਨ ਮੈਂ ਕਦੇ ਮੇਰੇ ਨਾਲ ਲੜੀ ਨਹੀਂ ਸੀ ਜ਼ਿੰਦਗੀ 'ਚ ਕਦੇ ਹਮ ਕਦੇ ਵੀ ਨਹੀਂ ਤੇ ਕਈ ਲੇਡੀ ਐਸੀਆਂ ਹੁੰਦੀਆਂ ਜਿਹੜੀਆਂ ਸਾਰੇ ਕੋਡਵੇਂ ਨੂੰ ਸਾਰੇ ਰਿਸ਼ਤੇਦਾਰੀ ਨੂੰ ਸਾਹਮਣੇ ਰੱਖਦੀਆਂ ਕਿਉਂਕਿ ਮੇਰੀ ਇੱਕ ਵਾਰੀ ਦੋਵੇਂ ਸਿਸਟਰ 2003-4 ਦੀ ਗੱਲ ਹੈ ਮੈਂ ਹੁਣ ਪ੍ਰੋਗਰਾਮਾਂ 'ਚ ਬਿਜ਼ੀ ਹੁੰਦਾ ਸੀ ਬਾਈ ਚਾਂਸ ਜਾ ਨਹੀਂ ਸਕਿਆ ਮੈਨੂੰ ਹੁਣ ਵੀ ਇਦਾਂ ਹੀ ਉਹਨੇ ਸਪੈਸ਼ਲੀ ਕਹਿਣਾ ਭੈਣ ਭੈਣਾਂ ਦੇ ਜਾ ਕੇ ਆਇਓ ਜਦ ਵੀ ਮੈਨੂੰ ਕਹਿਣਾ ਹਨਾ ਤੇ ਭੈਣਾਂ ਮੇਰੀਆਂ ਬਾਈ ਚਾਂਸ ਜੇ ਦੇਖਦੀਆਂ ਹੁੰਤੋਂ ਮੈਨੂੰ ਲੜਨਾ ਪੈਂਦਾ ਲੜਨਾ ਗਈਆਂ ਹਾਂ ਤੇ ਤੂੰ ਆਉਂਦਾ ਨਹੀਂ ਹੈ ਤੇ ਮਿਲਣੀ ਆਉਂਦਾ ਸਾਨੂੰ ਤੂੰ ਐਡਾ ਕਿਤੇ ਸਟਾਰ ਬਣ ਗਿਆ ਉਹ ਬੜੀ ਠੰਡੇ ਸੁਭਾਅ ਦੀ ਸੀ ਉਹਨਕੜਾ ਭੈ ਜੀ ਦੋ ਦਿਨ ਰੁਕੋ ਇੱਥੇ ਸਾਡੇ ਕੋਲ ਹੂੰ ਉਹ ਦੋ ਤਿੰਨ ਦੋ ਦਿਨ ਦੀ ਜਗ੍ਹਾ ਚਾਰ ਪੰਜ ਦਿਨ ਰੁੱਕੇ ਗਈਆਂ ਉਹ ਕਹਿੰਦੀ ਇਹ ਬੰਦਾ ਰਾਤ ਨੂੰ 11 ਵਜੇ ਆਉਂਦਾ ਦੂਜੇ ਦਿਨ ਫੇਰ ਸਵੇਰੇ ਕੰਮ ਤੇ ਤੁਰਿਆ ਹੁੰਦਾ ਕਿਹੜੇ ਵੀਲੇ ਆਵੇ ਉਹ ਕਹਿੰਦੇ ਨਹੀਂ ਤੇਰੇ ਕੋਲ ਜਦੋਂ ਟਾਈਮ ਹੋਇਆ ਉਦੋਂ ਆ ਹਾਂ ਨਾ ਸੋ ਉਹ ਫੇਰ ਘਰ ਦੇ ਵੀ ਸਮਝ ਜਾਂਦੇ ਆ ਕਿ ਆਹੀ ਦੇਨੇ ਆ ਉਸ ਤੋਂ ਬਾਅਦ ਉਹ ਵੇਗਾ 32 ਸਾਲ ਤੁਹਾਡੇ ਚ ਰਹਿਆ ਆਉਂਦਾ ਜਾਂਦਾ ਰਿਹਾ ਕੋਈ ਗੱਲ ਨਹੀਂ ਹੁਣ ਚਾਰ ਚਾਰ ਸਾਲ ਕੰਮ ਕਰਨ ਦੇ ਆਜੇ ਤੇ ਕਰ ਲੈਣਦੇ ਸੋ ਇਹ ਉਹ ਅੰਡਰਸਟੈਂਡੇਬਲ ਜਿਹੜਾ ਹੁੰਦਾ ਨਾ ਉਹ ਬਾਕੀਆਂ ਨੂੰ ਵੀ ਫਿਰ ਕਰਦਿਆਂ ਨੂੰ ਵੀ ਕਰ ਲੈਂਦਾ ਸ਼ਾਂਤ ਕੇ ਕੋਈ ਗੱਲ ਨਹੀਂ ਹਾਂ ਉਹ ਕਹਿੰਦੇ ਉਹ ਤਾਂ ਨਿਆਣੇ ਨਿਆਣਿਆਂ ਨੂੰ ਸੁੱਤਿਆਂ ਪਿਆ ਨੂੰ ਦੇਖ ਜਾਂਦਾ ਤੇ ਆਉਂਦੇ ਨੂੰ ਉਹਦੇ ਨੂੰ ਸੁੱਤੇ ਹੁੰਦੇ ਐਦਾਂ ਹੀ ਦੇਖਦਾ ਐਦਾਂ ਦਾ ਦੇਖ ਦੇਖ ਕੇ ਉਹ ਉਹ ਸਭ ਤੇ ਵਕਤ ਆਉਂਦਾ ਹੈ ਨਾ ਉਹ ਜਿਹੜਾ ਜਿਹੜਾ ਬੰਦਾ ਹਿੱਟ ਹੋ ਜਾਂਦਾ ਉਹ ਸਾਰਿਆਂ ਤੇ ਹੀ ਆਉਂਦਾ ਤੇ ਉਹ ਉਹਨੂੰ ਬਸ ਨੀਵੇਂ ਹੋ ਕੇ ਹੰਡਾ ਲੈਣਾ ਚਾਹੀਦਾ ਬਿਲਕੁਲ ਸਹੀ ਬਹੁਤ ਤੁਸੀਂ ਮੇਰੇ ਕੋਲ ਗੀਤਾ ਨਹੀਂ ਫਰਮਾਇਸ਼ ਕੀਤੀ ਬਾਈ ਜੀ ਤੜਕੇ ਦੇ YouTube ਖੋਲੀ ਬੈਠੇ ਇੱਕ ਤਾਂ ਸਰ ਆ ਸੁਣਾਗੇ ਇੱਕ ਸਰ ਆ ਸੁਣਾਗੇ ਹੁਣ ਬੋਲਦੇ ਨਹੀਂ ਹਾਂ ਨਹੀਂ ਡਾਡਾ ਸਾਹਿਬ ਮੈਂ ਤਾਂ ਨਾ ਅਸਲ ਚ ਇੱਕ ਗਾਣਾ ਜਿਹੜਾ ਪਿਛਲੀ ਕਿਸ਼ਤ 'ਚ ਤੁਸੀਂ ਸੁਣਾਤਾ ਪਰ ਮੈਂ ਉਹ ਦੁਬਾਰਾ ਤੋਂ ਸੁਣਨਾ ਚਾਹ ਨਹੀਂ ਕਿਉਂਕਿ ਉਹ ਮੈਨੂੰ ਗਾਣਾ ਚੰਗਾ ਬੜਾ ਲੱਗਦਾ ਐ ਅੱਖੀਆਂ 'ਚ ਪਾਣੀ ਅੱਖੀਆਂ 'ਚ ਪਾਣੀ ਕਿਉਂਕਿ ਉਹ ਗਾਣਾ ਇਹਦੀ ਵੀਡੀਓ ਉਹ ਤਾਂ ਮੈਂ ਵੈਸੇ ਉਹ ਸੁਣ ਰਿਹਾ ਸੀ ਦੈਟਸ ਵਾਈ ਸੁਣਾਤਾ ਉਹ ਮੇਰੇ ਕੁਦਰਤੀ ਰਵਾਨਗੀ 'ਚ ਯਾਦ ਆ ਗਿਆ ਜੀ ਜੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹਦੀ ਵੀਡੀਓ ਆਈ ਸੀ ਨਾ ਇੱਕ ਉਹਦੀ ਤੇ ਇੱਕ ਸੀ ਤੂੰ ਮੇਰਾ ਕੱਖ ਰਹਿਣ ਦਿੱਤਾ ਇਹ ਦੋਵੇਂ ਤੁਸੀਂ ਕਿਉਂਕਿ ਫੋਰਨ ਬੇਸਡ ਉਹਦੇ ਚ ਮਾਡਲ ਲੈ ਇਸ ਜਿਹਦੇ ਕਰਕੇ ਵੀ ਇਹ ਨਾ ਗੀਤਾਂ ਦੀ ਬਹੁਤ ਚਰਚਾ ਹੋਈ ਸੀ ਹੈਨਾ ਤੇ ਇਹ ਗਾਣਾ ਇੱਕ ਵਾਰ ਫਿਰ ਤੋਂ ਸੁਣਾ ਦਿਓ ਇਹ ਗਾਣਾ ਇਹਦੀ ਵੀ ਵੀਡੀਓ ਰੀਐਮਪੀ ਪ੍ਰਿੰਸ ਨੇ ਕੀਤੀ ਸੀ ਇਹ ਇਹਦਾ ਸਿੰਕ ਜਿਹੜਾ ਉਹ ਨਿਆਗਰਾ ਫਾਲ ਤੇ ਕੀਤਾ ਸੀ -25 ਉਦੋਂ ਉਥੇ ਠੰਡੇ ਸੀ ਹਾਂ -25 ਕੀ ਬਾਤ ਤੇ ਉਹਦੇ ਚ ਕੁਦਰਤੀ ਉਹ ਕੁੜੀ ਜਿਹੜੀ ਮਾਡਲ ਸੀ ਉਹ ਅਸਲ ਚ ਬੈਲੇ ਡਾਂਸਰ ਸੀਗੀ ਹੂੰ ਉਨੇ ਉਹ ਬੜਾ ਕਮਾਲ ਦਾ ਐਕਟ ਕਮਾਲ ਦਾ ਦੂਜਾ ਤਾਂ ਠੋਲੂ ਰਾਮ ਹੀ ਲੱਗਦਾ ਜਿਹੜਾ ਮੁੰਡਾ ਆ ਉਹ ਕੁੜੀ ਤੇ ਡਾਂਸ ਨਹੀਂ ਔਰ ਉਹਦਾ ਸਿੰਕ ਬੜਾ ਅੱਛਾ ਕੀਤਾ ਸੀ ਪ੍ਰਿੰਸੀਪਲ ਦੇ ਤਰੇਕ ਬਿਨੇ ਨਾ ਜਦੋਂ ਤੱਕ ਐ ਅੱਖੀਆਂ ਚ ਪਾਣੀ ਓਏ ਸੱਜਣਾ ਜਦੋਂ ਤੱਕ ਇਹ ਅੱਖੀਆਂ 'ਚ ਪਾਣੀ ਓਏ ਸਜਣਾ ਮੈਂ ਹੰਝੂਾਂ ਦੀ ਮਹਿਫਲ ਸਜਾਉਂਦਾ ਰਵਾਂਗਾ ਸਜਾਉਂਦਾ ਰਵਾਂਗਾ ਮੈਂ ਸਮਝਾਂਗਾ ਇਹਨੂੰ ਨਸੀਬਾਂ ਦਾ ਲਿਖਿਆ ਤੂੰ ਰੁੱਸਦੀ ਰਹੀ ਤੇ ਮੈਂ ਮਨਾਉਂਦਾ ਰਵਾਂਗਾ ਮਨੋਂ ਦਾ ਰਵਾਂਗਾ ਜਦੋਂ ਤੱਕ ਐ ਅੱਖੀਆਂ ਚ ਪਾਣੀ ਸੱਜਣਾ ਵਾ ਮੈਂ ਉਹ ਨਾ ਥਾਂ ਨੂੰ ਕਦੇ ਭੁੱਲ ਤੇ ਨਹੀਂ ਸਕਦਾ ਸਾਦਕ ਅਸੀਂ ਜਿੱਥੇ ਮਿਲਦੇ ਸਾਦੋਂਵੇਂ ਮਿਲਦੇ ਸਾਦੋਂਵੇਂ ਉਨਾ ਰੁੱਖਾਂ ਦੀ ਛਾਂ ਥੱਲੇ ਬੈ ਕੇ ਮੈਂ ਮੁਹੱਬਤ ਦੀ ਬਰਸੀ ਮਨਾਉਂਦਾ ਰਵਾਂਗਾ ਮਨਾਉਂਦਾ ਰਵਾਂਗਾ ਜਦੋਂ ਤੱਕ ਹੈ ਅੱਖੀਆਂ 'ਚ ਪਾਣੀ ਸਜਣਾ ਬਾਜੀ ਬਹੁਤ ਵਧੀਆ ਕਰ ਦਿੱਤੀ ਥੈਂਕ ਯੂ ਬਾਜੀ ਲਿਖਤ ਵੀ ਕਮਾਲ ਆਹਾ ਸਾਦਕ ਸਾਹਿਬ ਗਾਇਕੀ ਵੀ ਕਮਾਲ ਹੂੰ ਸੰਗੀਤ ਵੀ ਕਮਾਲ ਹੈ ਵੀਡੀਓ ਵੀ ਕਮਾਲ ਹੈ ਸੁਣਨ ਵਾਲੇ ਵੀ ਕਮਾਲ ਆਹ ਆਹ ਸੁਣਨ ਵਾਲਿਆਂ ਤੇ ਆ ਸਾਰਾ ਗਾਣਾ ਜਿੱਡਾ ਮਰਜ਼ੀ ਤੁਸੀਂ ਵਧੀਆ ਬਣਾ ਲਓ ਤੁਹਾਨੂੰ ਤੇ ਚੰਗਾ ਲੱਗਣਾ ਹੀ ਲੱਗਣਾ ਜਿਹਨੇ ਬਣਾਇਆ ਗਾਣਾ ਉਹਨੇ ਤੇ ਬਣਾਇਆ ਨਾ ਉਹਨੂੰ ਉਹਨੂੰ ਤੇ ਚੰਗਾ ਲੱਗਣਾ ਹੀ ਲੱਗਣਾ ਲੇਕਿਨ ਜੇ ਤੁਸੀਂ ਦੂਜਿਆਂ ਨੂੰ ਪਸੰਦ ਕਰਾਤਾ ਫੇਰ ਉਹਨਾਂ ਗਾਣਾ ਕਹਿੰਦੇ ਬਿਲਕੁਲ ਸੱਚ ਪਰ ਨਹੀਂ ਮੈਨੂੰ ਪਤਾ ਨਹੀਂ ਕਿਉਂ ਬਾਈ ਜੀ ਇਹ ਗੱਲ ਹੈ ਸ਼ਾਇਦ ਇਹ ਗਾਣੇ ਮੈਨੂੰ ਪਸੰਦ ਨੇ ਤਾਂ ਲੱਗਦੀ ਹੈ ਜਾਂ ਪਤਾ ਨਹੀਂ ਵਾਕਈ ਇਹ ਗੱਲ ਸੱਚੀ ਹੈ ਵੀ ਜਿਹੜੇ ਗੀਤ ਤੁਸੀਂ ਗਾਏ ਨੇ ਹੈਨਾ ਜਿਵੇਂ ਅੱਖੀਆਂ ਚ ਪਾਣੀ ਜਾਂ ਦੂਜਾ ਸਾਹ ਹੈਨਾ ਇਹ ਇਹਨਾਂ ਗਾਣਿਆਂ ਦੇ ਵਿੱਚ ਜਿਹੜੇ ਲਫ਼ਜ਼ ਵਰਤੇ ਗਏ ਨੇ ਉਹ ਬਾ ਕਮਾਲ ਸੀ ਉਹ ਲੋਕਾਂ ਦੇ ਦਿਲਾਂ ਚ ਉਤਰਨ ਵਾਲੇ ਸੀ ਤਾਂ ਹੀ ਇਹ ਗੀਤ ਅਮਰ ਹੋ ਗਏ ਬਿਲਕੁਲ ਸ਼ਾਇਰੀ ਬੜੀ ਸ਼ਾਇਰੀ ਬੜੀ ਕਮਾਲ ਸੀ ਕਈ ਕਾਫੀ ਜਗ੍ਹਾ ਤੇ ਇਦਾਂ ਹੁੰਦਾ ਰਹਿਣਾ ਸਾਬ ਕਾਫੀ ਪੁਰਾਣੇ ਗਾਣੇ ਕਈ ਵਾਰ ਨਹੀਂ ਰੋਜ਼ ਨਹੀਂ ਜਿਹੜੇ ਗਾਉਂਦੇ ਨੇ ਉਹ ਯਾਦ ਨਹੀਂ ਹੁੰਦੇ ਹਮ ਮੈਂ ਇੱਕ ਕਦੇ ਪੁਰਾਣੇ ਗਾਣੇ ਦੀ ਉਹਨੇ ਸ਼ਾਇਦ ਦਿਲ ਹੌਲਾ ਹੋ ਜਾਵੇ ਦੀ ਫਰਮੈਸ਼ ਕਰਦੀ ਆਦੋ ਪਲ ਬਹਿ ਜਾ ਕੋਲ ਸ਼ਾਇਦ ਦਿਲ ਹੌਲਾ ਹੋ ਜਾਵੇ ਵਾ ਵਾ ਹੋ ਤੇਰਾ ਵੀ ਦਿਲ ਟੁੱਟਿਆ ਏ ਮੈਨੂੰ ਵੀ ਕਿਸੇ ਨੇ ਲੁੱਟਿਆ ਏ ਆ ਜਾ ਦੁੱਖ ਸੁੱਖ ਲਈਏ ਫੋਲ ਸ਼ਾਇਦ ਦਿਲ ਹੌਲਾ ਹੋ ਜਾਵੇ ਆਦੋ ਪਲ ਬਹਿ ਜਾ ਕੋਲ ਸ਼ਾਇਦ ਦਿਲ ਹੌਲਾ ਹੋ ਜਾਵੇ ਮੈਂ ਕਹਾਂ ਯਾਰ ਮੇਰੇ ਯਾਦ ਨਹੀਂ ਗਾਣਾ ਕਹਿੰਦਾ ਮੇਰੇ ਯਾਦ ਕਹਿੰਦਾ ਮੇਰੇ ਮੂੰਹ ਨੂੰ ਲਾਈ ਜੋ ਮਾਈਕ ਉਹ ਲਾਈਨ ਮੈਨੂੰ ਬੋਲ ਕੇ ਦੱਸਦਾ ਸੀ ਮੈਂ ਗਾਉਂਦਾ ਸੀ ਵਾ ਵਾ ਇਦਾਂ ਵੀ ਹੁੰਦੀ ਕਈ ਵਾਰ ਬਹੁਤ ਖੂਬ ਹੈ ਜੀ ਇਹ ਇਹ ਤਾਂ ਗਾਣੇ ਅਮਰ ਹੋਣ ਵਾਲੇ ਆ ਇਹ ਹੀ ਚੰਗੇ ਪ੍ਰਭਾਵ ਵਾਲੇ ਆ ਆਪਣੇ ਗੀਤਾਂ ਦੇ ਵਿੱਚ ਜਿਵੇਂ ਤੁਸੀਂ ਕਿ ਮੋਹੱਬਤ ਦੀ ਵਰਸੀ ਮਨਾਉਂਦਾ ਰਹਾਂਗਾ ਬੜੇ ਇਦਾਂ ਧੂਪ ਪਾਉਣ ਵਾਲੀਆਂ ਗੱਲਾਂ ਸਾਡੇ ਭਾਈ ਇੱਕ ਦੋਸਤ ਨੇ ਦੱਸਿਆ ਕਹਿੰਦਾ ਵੀ ਭਾਈ ਮੇਰੇ ਕੋਲ ਇੱਕ ਗੱਲ ਆ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਇੱਕ ਮੁੰਡੇ ਨੇ ਉਹਦੀ ਗੋਰੀ ਸਹੇਲੀ ਬਣ ਗਈ ਕੋਈ ਮਿੱਤਰ ਬਣ ਗਈ ਉਹ ਨੂੰ ਕਹਿੰਦਾ ਵੀ ਮੈਂ ਤੇਰੇ ਬਿਨਾ ਮਰ ਜੂੰਗਾ ਜਿਵੇਂ ਕਿ ਆਪਾਂ ਤਾਂ ਕਹਿ ਦਿੰਨੇ ਆ ਹਾਂ ਜੀ ਅਖੀਰਲੀ ਗੱਲ ਉਹਨੇ ਜੀ ਪੁਲਿਸ ਨੂੰ ਕਾਲ ਕਰਤੀ ਕਹਿੰਦੀ ਵੀ ਇਹਦਾ ਸੁਇਸਾਈਡ ਕਰਨ ਨਾ ਮਾ ਨਾ ਹਾਂ ਕਹਿੰਦਾ ਉਹਨੂੰ ਸੁਫਾਈਆਂ ਲਈ ਜਾਵੇ ਵੀ ਸਾਡੇ ਤਾਂ ਚੱਲਦਾ ਹੀ ਆਏ ਆ ਹਾਂ ਇਹ ਤਾਂ ਤਕੀਆਂ ਨਾਲ ਸਾਡੇ ਤਾਂ ਸਾਡੇ ਤਾਂ ਸ਼ੁਰੂ ਹੀ ਇੱਥੋਂ ਹੁੰਦਾ ਤੇਰੇ ਲਈ ਮਰ ਜੂੰਗਾ ਮੈਂ ਗੱਡੀ ਥੱਲੇ ਸਿਰ ਦੇ ਦੂੰ ਮੈਂ ਤੈਨੂੰ ਮਾਰ ਦੂੰ ਮੈਂ ਤੈਨੂੰ ਮਾਰ ਦੂੰ ਅੱਛਾ ਉਹਦੇ ਟਰੈਕ ਹੁੰਦਾ ਨਹੀਂ ਗੱਡੀ ਦਾ ਹਾਂ ਗੱਡੀ ਥੱਲੇ ਤੂੰ ਕਿਦਾਂ 40 45 ਕਿਲੋਮੀਟਰ ਕਿਦਾਂ ਉਹ ਕਹਿੰਦਾ ਮੈਨੂੰ ਕਹਵਾ ਨਹੀਂ ਇਹਦਾ ਕਹਿੰਦੀ ਤੂੰ ਅੱਜ ਇਹਨਾਂ 네ਗਟਿਵ ਥਾਟ ਲੈ ਕੇ ਆਇਆ ਤੇਰਾ ਕੀ ਪਤਾ ਮੈਨੂੰ ਰੋਂਦੀ ਕਰਾਉਣੀ ਨਹੀਂ ਛੱਡ ਦੇ ਦਰਮਾ ਉਹ ਕਹਿੰਦਾ ਮੈਂ ਇਹ ਗੱਲ ਕਈਆਂ ਨੂੰ ਕਹਿ ਚੁੱਕਾ ਫਿਰ ਉਸ ਗੱਲ ਵਿੱਚ ਤਰੋ ਬੈਠੇ ਫਿਰ ਉਸ ਤੋਂ ਬੈਠੇ ਉਹ ਕਹਿੰਦਾ ਮੈਂ ਕਿਆ ਹੈ ਹਾਂ ਹਾਂ ਕਿਆ ਹਰਦਾ ਨਹੀਂ ਇਹ ਗੱਲਾਂ ਕਰਨੋ ਦੰਦੇ ਆਸ਼ਿਕ ਪਰ ਜਿਹੜਾ ਗੀਤ ਦੂਜਾ ਸਾ ਹਾਂ ਇਹ ਗਾਣਾ ਫੇਰ ਗਾਉਣ ਦਾ ਸੁਭਾਅ ਮੈਂ ਤੇਰਾ ਨਾਮ ਤੇ ਆਉਂ ਨੀਆ ਵਿੱਚ ਨਾ ਤੈਨੂੰ ਚਾਹਨੀਆ ਤੈਨੂੰ ਕਿੰਨਾ ਪਿਆਰ ਕਰਾਂ ਤੈਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਿਆ ਜਾਵੇ ਨਾ ਬੋਲ ਕੇ ਦੱਸਿਆ ਜਾਵੇ ਨਾ ਇੱਕ ਪਲ ਜੇ ਮੁਖ ਮੋੜਾਂ ਤੇ ਦੂਜਾ ਸਾਵੀ ਆਵੇ ਨਾ ਵਾ ਵਾ ਇੱਕ ਪਲ ਜੇ ਮੁਖ ਮੋੜਾਂ ਤੇ ਦੂਜਾ ਸਾਵੀ ਆਵੇ ਨਾ ਮੈਂ ਤੇਰਾ ਨਾਮ ਤੇ ਆਉਣੀ ਆ ਵੇ ਚੰਨ ਤੈਨੂੰ ਚਾਹਨੀਓਂ ਕਿਆ ਬਾਤ ਹੈ ਵਾਹ ਪਿਆਰ ਦੇ ਹੋਂ ਤਮੀ ਸਾ ਮੇਰੇ ਨਾਲ ਲੜ ਪੈਂਦੇ ਕਿ ਤੂੰ ਮੇਰੇ ਵਾਲੇ ਜਿੱਥੇ ਮੇਰਾ ਨਾਮ ਆਉਂਦਾ ਨਾ ਉਹ ਅੰਤਰਾ ਵੀ ਤੂੰ ਗਾਉਂਦਾ ਅਚਾ ਜ਼ਰੂਰ ਗਾਓ ਪਿਆਰ ਦੇ ਹੋਂ ਪੁਜਾਰੀ ਸਾਰੇ ਐਸਾ ਸ਼ਹਿਰ ਗਰਾਂ ਹੋਵੇ ਹੈਰਾਂ ਦੇ ਤੰਮੀ ਮੇਰੀ ਬਸ ਤੇਰੇ ਕਦਮਾਂ ਦੇ ਵਿੱਚ ਥਾਂ ਹੋਵੇ ਪਿਆਰ ਦੇ ਹੋਂ ਵਾਹ ਪੁਜਾਰੀ ਸਾਰੇ ਐਸਾ ਸ਼ਹਿਰ ਗਰਾਂ ਹੋਵੇ ਹੇਰਾਂ ਦੇ தம்ੀ ਮੇਰੀ ਬਸ ਤੇਰੇ ਕਦਮ ਦੇ ਵਿੱਚ ਥਾਂ ਹੋਵੇ ਤੇਰੇ ਤੋਂ ਦੂਰ ਹੋ ਕੇ ਤੇਰੇ ਤੋਂ ਦੂਰ ਹੋ ਕੇ ਇਹ ਦਿਲ ਜਿਉਣਾ ਚਾਵੇ ਨਾ ਏ ਦਿਲ ਜੀਣਾ ਚਾਵੇ ਨਾ ਇੱਕ ਪਲ ਜੇ ਮੁਖ ਮੋੜਾਂ ਤੇ ਦੂਜਾ ਸਾਵੀ ਆਵੇ ਨਾ ਕਾਬਾਤ ਹੈ ਕਮਾਨ ਬਹੁਤ ਖੂਬ ਹੈ ਜੀ ਸੱਚੀ ਮੁੱਚੀ ਬਹੁਤ ਖੂਬ ਭਾਈ ਜੀ ਕੈਸਟ ਵਾਲੇ ਦੌਰ ਨੂੰ ਚੇਤੇ ਕਰਕੇ ਉਹ ਸੁਆਦ ਜਰੀ ਆਉਂਦਾ ਫਿਰ ਹੁਣ ਸਾਡੇ ਅੰਦਰ ਮੇਰੇ ਸਿੰਗਲ ਟਰੈਕ ਆ ਰਿਆ ਨਾ ਮਜ਼ਾ ਨਹੀਂ ਆਉਂਦਾ ਤੁਸੀਂ ਜਦੋਂ ਐਲਬਮ ਕਰਦੇ ਹਨ ਪੂਰੀ ਕੈਸਟ ਕਰਦੇ ਸੀ ਉਹਦੇ ਚ ਹਰ ਵਰਗ ਦੇ ਸਰੋਤੇ ਦਾ ਖਿਆਲ ਰੱਖਿਆ ਜਾਂਦਾ ਕਈ ਸਿਹੜ ਸੁਣਨ ਵਾਲੇ ਆ ਕਈ ਬੀਟ ਸੁਣਨ ਵਾਲੇ ਆ ਕਈ ਡੂਇਟ ਸੁਣਨ ਵਾਲੇ ਆ ਅ ਉਹਨਾਂ ਚ ਕਈ ਜ਼ਿਆਦਾ ਉਮਰ ਦੇ ਆ ਉਹਨਾਂ ਨੇ ਜਿਵੇਂ ਉਹ ਗਾਣਾ ਗਾਇਆ ਸੀ ਕਿ ਸੌ ਰੱਬ ਦੀ ਬਿਸ਼ਨ ਕੋਰੇ ਉੱਥੇ ਮੈਂ ਦੇਖਦਾ ਮੈਂ ਹੋ ਗਿਆ ਦੀ ਹਾਂ ਹਾਂ ਨੇ ਸਾਨੂੰ ਮਹਿੰਗਾ ਪਿਆ ਕੈਨੇਡਾ ਫਿਰ ਕਈ ਬੰਦੇ ਜਿਹੜੇ ਟਰੱਕਿੰਗ ਦਾ ਕੰਮ ਕਰਦੇ ਉਹਨਾਂ ਲਈ ਵੀ ਗਾਣਾ ਗਾਉਣੇ ਆ ਤੁਸੀਂ ਹਰ ਵਰਗ ਦੇ ਸਰੋਤਿਆਂ ਦਾ ਖਿਆਲ ਰੱਖਦੇ ਜਦੋਂ ਪੂਰੀ ਐਲਬਮ ਤਿਆਰ ਕਰਦੇ ਆ ਸਿੰਗਲ ਟਰੈਕ ਤੁਸੀਂ ਕੀ ਕਰੋਗੇ ਕੁਛ ਨਹੀਂ ਕਰ ਸਕਦੇ ਉਹਦੇ ਲਈ ਤੁਹਾਨੂੰ ਜਿਹੜਾ ਤੁਹਾਨੂੰ ਕੰਪਨੀ ਵਾਲਾ ਕਹਿ ਰਿਹਾ ਕਿ ਤੇਰਾ ਸੈਡ ਬਹੁਤ ਚੱਲਦਾ ਸੈਡ ਸੁਣਾ ਦੇ ਸਾਨੂੰ ਮਾਰਦੇ ਅੱਖੀਆਂ ਚ ਪਾਣੀ ਜਿਹਾ ਕਰਦਾ ਸਾਨੂੰ ਕੋਈ ਵਿਆਹ ਦਾ ਪ੍ਰੋਗਰਾਮ ਨਾ ਕਰਦੇ ਤੇਰੇ ਪੈਸੇ ਬਣ ਜਾਣ ਸਾਨੂੰ ਉਹ ਸਾਡੇ ਘਰੇ ਮੇਲੇ ਲਵਾਈ ਕੋਈ ਗਰੀਬ ਦੀ ਚੋਲੀ ਦਾ ਕੁ ਰੁਪਈਆ ਪਹਿਨਦੀ ਉਹ ਸਿੰਗਲ ਟਰੈਕ ਨੇ ਮਾਰਿਆ ਪਿਆ ਸੀ ਹੈਨਾ ਪਰ ਬਾਈ ਜੀ ਤੁਸੀਂ ਬਥੇਰੀ ਕੋਸ਼ਿਸ਼ ਕਰ ਲਈ ਯਾਰ ਕੋਈ ਬੀਟ ਸਾਊਂਡ ਕਰਵਾ ਲਓ ਯਾਰ ਨਹੀਂ ਉਹ ਪਹਿਲਾਂ ਕਰਦੇ ਫੇਰ ਉਹ ਸੋਚਾਂਗੇ ਬੀਟ ਪਰ ਬਾਈ ਤੁਸੀਂ ਜਾਨੀ ਜਾਨ ਨਿਕਲੇ ਹਾਂ ਬੜੀ ਦੂਰ ਦੀ ਫੋਟ ਹੈ ਇਹਹੀ ਕੁਐਸਚਨ ਤੁਸੀਂ ਦੂਰ ਦੀ ਬਿਲਕੁਲ ਦੂਰ ਦੀ ਗੱਲ ਕਰਦੇ ਹੋ ਤੁਹਾਨੂੰ ਪਹਿਲਾਂ ਹੀ ਪਤਾ ਤੂੰ ਬੰਗਾਲੀ ਬਾਬੇ ਨੂੰ ਪਿੱਛੇ ਛੱਟਦਾ ਤੁਸੀਂ ਸੌ ਰੱਬ ਦੀ ਬਿਸ਼ਨੂ ਕਰੇ ਤੁਹਾਨੂੰ ਮਹਿੰਗਾ ਪਿਆ ਕੈਨੇਡਾ ਤੇ ਅੱਜ ਕੱਲ ਕੈਨੇਡਾ ਦੇ ਹਾਲਾਤ ਬਦਲ ਗਏ ਸੱਜਣ ਗਰਸ਼ ਬਦਲ ਗਿਆ ਉਹ ਕੈਨੇਡਾ ਨਹੀਂ ਜਿਹੜਾ 20 ਸਾਲ ਪਹਿਲਾਂ ਹੁੰਦਾ ਸੀ ਤੁਹਾਡੇ ਬਾਰੇ ਵੀ ਉਰਦਗੋਣ ਦੀਆਂ ਖਬਰਾਂ ਮਿਲਦੀਆਂ ਕਹ ਨਿਸ਼ਚਿਤ ਗੱਲ ਵੀ ਪੰਜਾਬ ਦੇ ਵਿੱਚ ਆ ਕੇ ਪੱਕਾ ਵਸ ਜੂਗਾ ਕਦੇ ਕਦੇ ਜਾਇਆ ਕਰਾਂਗੇ ਜੇ ਅਗਰਾ ਫਾਲ ਵੇਖਿਆ ਨਿਆਰੇ ਲੁੱਟੇ ਆ ਗਏ ਕਦੇ ਕਦੇ ਬੈਂਸ ਚਲੇ ਗਏ ਗਰਮ ਕਰਨ ਜਾਂਦੇ ਆ ਬੜੇ ਪੰਜਾਬੀ ਵਸਦੇ ਆ ਬੜੇ ਬੜੇ ਕਾਰੋਬਾਰ ਸਭ ਨੇ ਬਣਾਏ ਆ ਤੇ ਮੈਨੂੰ ਤਾਂ ਮੈਂ ਨਵੰਬਰ ਚ ਇੱਥੇ ਆ ਜਾਂਦਾ ਸੀਜ਼ਨ ਇੱਥੋਂ ਬਾਬੇ ਦੀ ਕਿਰਪਾ ਨਾਲ ਲਾ ਕੇ ਫਿਰ ਉਥੇ April ਚ ਉਥੇ ਚਲੇ ਜਾਂਦੇ ਹਾਂ ਉਦਾਂ ਦੇ ਹਾਲਾਤ ਨਹੀਂ ਰਹੇ ਕਿਉਂਕਿ ਮਹਿੰਗਾ ਬੜਾ ਹੋ ਗਿਆ ਹੂੰ ਤੇ ਸਾਡੇ ਆਪਾਂ ਪੰਜਾਬ ਚ ਤਕਰੀਬਨ ਪਿੰਡ ਖਾਲੀ ਹੋ ਗਏ ਬੱਚੇ ਸਾਰੇ ਆਦੇ ਉੱਥੇ ਆ ਸਭ ਨੂੰ ਲੱਗਦਾ ਕਿ ਉੱਥੇ ਭਾਵੇਂ ਚੰਗਾ ਹੈ ਵੀ ਚੰਗਾ ਇਹ ਚ ਕੋਈ ਸ਼ੱਕ ਨਹੀਂ ਲੇਕਿਨ ਉਹ ਪੁਰਾਣੇ ਹਾਲਾਤ ਕਿਉਂਕਿ ਮਹਿੰਗਾਈ ਹੋਣ ਕਰਕੇ ਸਰਵਾਈਵ ਕਰਨਾ ਥੋੜਾ ਜਿਆ ਔਖਾ ਪਰ ਕੋਈ ਨਹੀਂ 2-4 ਸਾਲ ਜਾ ਕੇ ਲਾਉਣੇ ਪੈਂਦੇ ਆ ਫਿਰ ਤੁਹਾਡੇ ਪੈਰ ਲੱਗ ਜਾਂਦੇ ਉਹ ਤਾਂ ਤੁਸੀਂ ਮੈਂ ਜਿਵੇਂ ਪਹਿਲਾਂ ਕਿਹਾ ਦੂਜੇ ਸ਼ਹਿਰ ਚ ਜਾ ਕੇ ਤੁਹਾਨੂੰ ਪੈਰ ਲਾਉਣੇ ਔਖੇ ਹੋ ਜਾਂਦੇ ਤੇ ਸੋਈ ਉਹ ਜਿੱਥੇ ਤੁਸੀਂ ਮਿਹਨਤ ਕਰੋਗੇ ਹਮ ਸਭ ਕੁਝ ਨਿਆਣੇ ਮੈਨੂੰ ਕਹਿੰਦੇ ਪਾਪਾ ਬਈ ਯਾਰ ਬੜਾ ਵੀ ਜੇ ਅਸੀਂ ਕਿਤੇ ਇੱਥੋਂ ਆਇਲਟਸ ਕਰਕੇ ਜਾਂਦੇ ਮੈਂ ਕਿਹਾ ਦੇਖ ਲਓ ਇਥੇ ਤੁਸੀਂ ਸਿੱਧੇ ਪੀਆ ਰਾਇ ਆਏ ਕਰਕੇ ਮੈਂ ਮੁੰਡੇ ਨੂੰ ਕਹਾਂ ਮੈਂ ਕਿਹਾ ਤੂੰ 6 ਸਾਲਿਆਂ ਚ 6 ਸਾਲਿਆਂ 6 ਸਾਲਾਂ ਚ ਪਾਪਿਆਂ ਨੂੰ ਦੇਖੀ ਜਾਂਦਾ ਮੇਰੇ ਬਟੂਏ ਨੂੰ ਦੇਖੀ ਜਾਂਦਾ ਓਏ ਜੇ ਤੂੰ ਦੂਜੀ ਤਰ੍ਹਾਂ ਆਉਂਦਾ ਕਹਿੰਦਾ ਯਾਰ ਪਾਪਾ ਗੱਲ ਤਾਂ ਠੀਕ ਆ ਬਈ ਅਸੀਂ ਤੇ ਸੌਖੇ ਹੀ ਆ ਗਏ ਸੋਈ ਚਾਹੇ ਜਿਹੜਾ ਸੌਖਾ ਗਿਆ ਜਾਂ ਚਾਹੇ ਜਿਹੜਾ ਔਖਾ ਗਿਆ ਉੱਥੇ ਜਾ ਕੇ ਕੰਮ ਕਰੇਗਾ ਉੱਥੇ ਜਾ ਕੇ ਉਸ ਮੁਲਕ ਨੂੰ ਆਪਣਾ ਮੁਲਕ ਸਮਝ ਕੇ ਕੰਮ ਕਰੇਗਾ ਤੇ ਉੱਥੇ ਪੈਰ ਲੱਗ ਹੀ ਜਾਲੇ ਮਿਸ਼ਨ ਕੁਰੇ ਗੀਤ ਆ ਜੇ ਹਾਂ ਹਾਂ ਜੱਟ ਕਮਲੇ ਦੀ ਮਤ ਮਾਰੀ ਗਈ ਨਾਲੇ ਭੋਏ ਗਈ ਸਰਦਾਰੀ ਗਈ ਆਪਣੇ ਜੰਮੇ ਹੀ ਹੁਣ ਸਾਨੂੰ ਝਾਕਣ ਟੇਡਾ ਟੇਡਾ ਸੋ ਰੱਬ ਦੀ ਬਿਸ਼ਨ ਕਰੇ ਸੋ ਰੱਬ ਦੀ ਬਿਸ਼ਨ ਕਰੇ ਸਾਨੂੰ ਮਹਿੰਗਾ ਪਿਆ ਕਨੇਡਾ ਕੀ ਬਾਤ ਸੋ ਰੱਬ ਦੀ ਬਿਸ਼ਨ ਕਰੇ ਸਾਨੂੰ ਮਹਿੰਗਾ ਪਿਆ ਕੈਨੇਡਾ ਵਾ ਬਹੁਤ ਖੂਬ ਹੈ ਜੀ ਸੱਚੀ ਮੁੱਚੀ ਜੋ ਸਮੇਂ ਦੀਆਂ ਪ੍ਰਸਥਤੀਆਂ ਬਿਆਨ ਕਰਨ ਵਾਲਾ ਸਹੀ ਪਰ ਬਾਈ ਜੀ ਹੁਣ ਤੇ ਕੁੱਲ ਵੈਸੇ ਜੇ ਮੋਟੀ ਮੋਟੀ ਗੱਲ ਘਟਣ ਲੱਗਿਆ ਕਮਾਲ ਰਾਜ ਕਾਕੜਾ ਸਾਹਿਬ ਦਾ ਉਦੋਂ ਤੱਕ ਹੁਣ ਤੇ ਉਹ ਉੱਥੇ ਵਸ ਗਿਆ ਜਾ ਕੇ ਹੋ ਸਕਦਾ ਜਦੋਂ ਉਹਨਾਂ ਨੇ ਗਾਣਾ ਜਦੋਂ ਮੈਂ ਰਿਕਾਰਡ ਕੀਤਾ ਜਦੋਂ ਉਹਨਾਂ ਨੇ ਸੁਣਿਆ ਹੋਵੇਗਾ ਕਿ ਇਦਾਂ ਉੱਥੇ ਜਾ ਕੇ ਬਜ਼ੁਰਗਾਂ ਦਾ ਦਿਲ ਨਹੀਂ ਲੱਗਦਾ ਹੁਣ ਤੇ ਸਾਰਿਆਂ ਦੇ ਬੱਚੇ ਉੱਥੇ ਆ ਬਜ਼ੁਰਗ ਵੀ ਉੱਥੇ ਉਹਨਾਂ ਦਾ ਦਿਲ ਲੱਗ ਜਾਂਦਾ ਲੇਕਿਨ ਉਹ ਪੁਰਾਣੇ ਜ਼ਮਾਨੇ ਜਦੋਂ ਹਜੇ ਜਨਰੇਸ਼ਨ ਇੱਥੋਂ ਗਈ ਸੀ ਤੇ ਬਜ਼ੁਰਗਾਂ ਨੂੰ ਉਹਨਾਂ ਨਾਲ ਸਾਦੇ ਰਿਹਾ ਉਦੋਂ ਉੱਥੇ ਉਹਨਾਂ ਨੂੰ ਗੱਲਾਂ ਬਾਤਾਂ ਕਰਨ ਨੂੰ ਘੱਟ ਮਿਲਦੇ ਸੀ ਸੋ ਉਹ ਚਿੱਤਰ ਕਿਵੇਂ ਚਿੱਤਰਿਆ ਹੋਵੇਗਾ ਕਿਵੇਂ ਕਮਾਲ ਕੱਕੜਾ ਸਾਹਿਬ ਦੀ ਸਹੀ ਗੱਲ ਬਿਲਕੁਲ ਸਹੀ ਮੈਂ ਬਾਈ ਜੀ ਜੇ ਮੋਟੀ ਮੋਟੀ ਗਿਣਤੀ ਕਰਨੀ ਹੋਵੇ ਹੁਣ ਤੇ ਕੁੱਲ ਕਿੰਨੇ ਗੀਤ ਰਿਕਾਰਡ ਹੋਣਗੇ ਅੰਦਾਜ਼ਾ ਇੱਕ ਕਹਿ ਨਹੀਂ ਸਕਦਾ ਕੁਝ 12-13 ਤੇ ਐਲਬਮ ਆ ਗਈਆਂ ਹੂੰ ਤੇ ਫਿਲਮਾਂ ਚ ਬੜੇ ਗਾਣੇ ਆ ਗਏ ਸਿੰਗਲ ਟਰੈਕ ਬੜੇ ਆ ਗਏ ਸੈਂਕੜਿਆਂ ਦੀ ਗਿਣਤੀ ਚ ਹਾਂ ਹੋ ਗਿਆ ਉਹ ਹੋ ਗਿਆ ਸੈਂਕੜੇ ਹਾਂਜੀ ਹੋ ਗਿਆ ਪਰ ਤੁਸੀਂ ਕਈ ਸੈਂਕੜੇ ਹੋਰ ਗਾਓ ਮਹਾਰਾਜ ਕਰੇ ਕਿਰਪਾ ਕਈ ਸੈਂਕੜੇ ਫਿਲਮਾਂ ਚ ਗਾਜੋ ਆਹ ਤੁਸੀਂ ਐਂ ਹੀ ਰਹੋ ਨਰੋਏ ਮੈਂ ਕੋਸ਼ਿਸ਼ ਕਰਦਾ ਜੇ ਆ ਠੀਕ ਹੈ ਨਾ ਹੂੰ ਫਿਰ ਇਹਦੇ ਤੇ ਬੜੀ ਬਾਬੇ ਦੀ ਹਾਲ ਦੀ ਗੱਲ ਜੀ ਭਾਰ ਘਟਾਉਣਾ ਕਿੰਨਾ ਕੌਖਾ ਬਬੂ ਜੇਬ ਤੁਸੀਂ ਕਹਿੰਦੇ ਕਾਫੀ ਹੋ ਗਈ ਤੇ ਰਾਤ ਦੀ ਰੋਟੀ ਹੋ ਗਈ ਉਹ ਬੰਦ ਕਰੋ ਸੈਰ ਸੂਰ ਕਰੋ ਸਾਰਾ ਕੁਝ ਹੋ ਜਾਣਾ ਖੰਡ ਬੰਦ ਕਰ ਦਿਓ ਖੰਡ ਤੇ ਮੈਂ ਵੈਸੇ ਹੀ ਬੜਾ ਕਹਿੰਦੇ ਤੂੰ ਭਾਜੀ ਬੜਾ ਮਿੱਠਾ ਗੋਣ ਲਗਾ ਹਾਂ ਮੈਂ ਵੈਸੇ ਹੀ ਬੜਾ ਮਿੱਠਾ ਗੋਣ ਭਾਜੀ ਇਹ ਸਭ ਪੂਰੇ ਗਾਇਕੀ ਸਭਾ ਤੁਹਾਨੂੰ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਟੇਜਾਂ ਦੇ ਉੱਤੇ ਚੜਦੇ ਆ ਲਗਭਗ ਕਈ ਵਾਰੀ 1 2 3 ਮਨ ਚ ਇਹੋ ਜੇ ਚੇਤੇ ਰਹਿੰਦੇ ਆ ਵੀ ਯਾਰ ਉੱਥੇ ਆ ਪਿਆਰ ਆ ਸਤਿਕਾਰ ਆ ਕੁਝ ਵੀ ਵਾਪਰਿਆ ਸੀ ਜਿਹੜਾ ਮੈਂ ਭੁੱਲ ਨਹੀਂ ਸਕਦਾ ਕਦੇ ਕਿਸੇ ਨੇ ਕੋਈ ਅਸੀਸ ਹੀ ਦਿੱਤੀ ਹੁੰਦੀ ਕੋਈ ਅਸੀਸ ਹੁੰਦੀ ਆ ਕੋਈ ਪੈਸੇ ਦੇ ਰੂਪ ਚ ਕੋਈ ਜੱਫੀ ਦੇ ਰੂਪ ਚ ਕੋਈ ਸ਼ਬਦ ਦੇ ਰੂਪ ਚ ਕੁਝ ਐਸਾ ਜਿਹੜਾ ਚੇਤੇ ਚ ਭੁੱਲੇ ਨਾ ਕਈ ਤਾਂ ਕਾਰਡ ਹੀ ਫੜਾਣ ਦੇ ਕਈ ਵਾਰੀ ਬਾਹਰ ਆ ਲੈ ਫੜ ਬਈ ਕ੍ਰੈਡਿਟ ਕਾਰਡ ਜਿੰਨਾ ਮਰਜ਼ੀ ਯੂਜ਼ ਕਰ ਲਈ ਹਾਂ ਹਾਂ ਕਈ ਸੋਨਾ ਵੀ ਪਾ ਦਿੰਦੇ ਆ ਬੁੰਦੀ ਸਟੇਜ ਤੇ ਫੜਾ ਜਾਂਦੇ ਆ ਹਨਾ ਪਰ ਮੈਂ ਲੈ ਕੇ ਨਹੀਂ ਆਇਆ ਅਜੇ ਤੱਕ ਕੁਝ ਵੀ ਬਬੀ ਤੇ ਕਰਪਾ ਪਿਆਰੀ ਇਹਨਾਂ ਲੈ ਕੇ ਆਉਣਾ ਮੈਨੂੰ ਇੱਕ ਇਨਸੀਡੈਂਟ ਇਨਸੀਡੈਂਟ ਯਾਦ ਆ ਉਹ 2003 ਚ ਅਸੀਂ ਇੱਕ ਟੂਰ ਕੀਤਾ ਸਭ ਤੋਂ ਪਹਿਲਾ ਟੂਰ ਕੈਨੇਡਾ ਦਾ ਉਹ ਨਾ ਮੈਂ ਗਿਆ ਤੇ ਵਿਕਟੋਰੀਆ ਤੋਂ ਥੋੜਾ ਜਿਹਾ ਦੂਰ ਆ ਵੈਲਕੂਵਰ ਤੋਂ ਫੈਰੀ ਜਾਂਦੀ ਹੈ ਤੁਸੀਂ ਜਾ ਕੇ ਆਏ ਹੋ ਹਾਂਜੀ ਤੇ ਉਹ 45 ਮਿੰਟ ਦੀ 1 ਘੰਟੇ ਦੀ ਹੈਗੀ ਆ ਉਹ ਉਹ ਪਹਿਲੀ ਵਾਰੀ ਅਸੀਂ ਚਾਹੇ ਵੜਾ ਹੁੰਦਾ ਸੀ ਬਈ ਚੜ ਜਾਈ ਉੱਪਰ ਨਾ ਉਹ ਜਿਹੜੀ ਫੈਰੀ ਜਾਂਦੀ ਹੈ ਉਹਦੇ ਉੱਪਰ ਚੜ ਗਏ ਤੇ ਕਿ ਤੇ ਉੱਪਰ ਕੋਈ ਬਜ਼ੁਰਗ ਮਾਤਾ ਆਈ ਵਡਾਲੀ ਸਾਹਿਬ ਨਾਲ ਸੀਗਾ ਤੇ ਮੈਂ ਬਡਾਲੀ ਸਾਹਿਬ ਨਾਲ ਗਿਆ ਸੀ ਵਡਾਲੀ ਸਾਹਿਬ ਰਖਵਿੰਦਰ ਤੋਂ ਛੋਟਾ ਸੀਗਾ ਤੇ ਤੇਜੀ ਆਪਣਾ ਉਹ ਵੀ ਨਾਲ ਸੀਗਾ ਉੱਪਰ ਚਲ ਗਏ ਤੇ ਇੱਕ ਬਜ਼ੁਰਗ ਮਾਤਾ ਆਈ ਮੈਂ ਬੜੀ ਬੜੀ ਗੱਲ ਸੁਣਾਈ ਹੈ ਨਾ ਉਦਾਂ ਉਹ ਕਦੇ ਵੀ ਨਹੀਂ ਉਦਾਂ ਨਹੀਂ ਚੀਜ਼ਾਂ ਭੁੱਲਦੀਆਂ ਤੇ ਉਹ ਮਾਤਾ ਦਾ ਆਪਰੇਟ ਹੋਇਆ ਸੀ ਜਾਂ ਕੁਝ ਹੋਇਆ ਸੀ ਉੱਪਰ ਜਾ ਕੇ ਮੈਨੂੰ ਇਦਾਂ ਪਿੱਛੋਂ ਫੜ ਕੇ ਕਹਿੰਦੀ ਤੂੰ ਮਤ ਪਿੱਛੋਂ ਵਾਜ ਮਾਰੀ ਆਲਾ ਹਾਏ ਵਾ ਵਾ ਹਾਂਜੀ ਮੈਂ ਕਿਹਾ ਕਹਿੰਦੇ ਮੈਨੂੰ ਉਹ ਡਾਕਟਰ ਨੇ ਮਨਾ ਕੀਤਾ ਉਹ ਮੈਂ ਪੌੜੀਆਂ ਵਾਲੀਆਂ ਚੜ੍ਹ ਨਹੀਂ ਸਕਦੀ ਬਟ ਮੈਨੂੰ ਪਤਾ ਸੀ ਕਿ ਤੁਸੀਂ ਹੁਣ ਉੱਤੇ ਤੁਸੀਂ ਜਦ ਤੱਕ ਸਮੁੰਦਰ ਦਾ ਪਾਣੀ ਚੰਗੀ ਤਰ੍ਹਾਂ ਨਾਪ ਨਹੀਂ ਲੈਂਦੇ ਕਿ ਕਿੰਨਾ ਡੁੱਬਾ ਜਿਵੇਂ ਆਉਣਾ ਨਹੀਂ ਠੱਡੇ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਆ ਜਾਣਾ ਮਿਲਣਾ ਮੁੰਡੇ ਨੂੰ ਸੋ ਇਦਾਂ ਦੀਆਂ ਗੱਲਾਂ ਕਦੇ ਭੁੱਲਦੀਆਂ ਵਾਹ ਵਾਹ ਬਾਈ ਜੀ ਕੋਈ ਇੱਕ ਉਹ ਗੀਤ ਜਿਹੜਾ ਦਿਲ ਦੇ ਬਹੁਤ ਨੇੜੇ ਹੋਵੇ ਬੜਾ ਹੀ ਚੰਗਾ ਲੱਗਦਾ ਹੋਵੇ ਤੁਹਾਨੂੰ ਮੈਂ ਇਹੋ ਜਾਂ ਮੈਂ ਇੱਕ ਹੋਰ ਗਾਵਾ ਹੂੰ ਉਹ ਕਿਹੜਾ ਗੀਤ ਮੈਂ ਜੇ ਤੇ ਸਾਰੇ ਹੀ ਮੈਂ ਤਾਂ ਹਰ ਹਰ ਬੰਦੇ ਨੂੰ ਤੁਸੀਂ ਇਹੀ ਪੁੱਛਦੇ ਤੇ ਸਾਰੇ ਕੋਈ ਕੋਈ ਇੱਕ ਗੀਤਾ ਬਹੁਤ ਨੇੜੇ ਹੁੰਦਾ ਨਾ ਵੀ ਕਦੇ ਕਦੇ ਐਵੇਂ ਲੱਗਦਾ ਵੀ ਆਹ ਪ੍ਰੋਗਰਾਮ ਕਰਕੇ ਵੀ ਯਾਰ ਸਾਨੂੰ ਬਹੁਤ ਚੰਗਾ ਲੱਗਾ ਉਹਦੇ ਵਰਗਾ ਹੋਰ ਹੋ ਜੇ ਹਾਂ ਉਵੇਂ ਤੁਹਾਡੇ ਬਹੁਤ ਨੇੜਾ ਲਾ ਗੀਤ ਕਿਹੜਾ ਹਾਂ ਮੈਂ ਸਮਝ ਲਓ ਹਰ ਜਿਹੜੀ ਮੇਲੇ ਦੀ ਸਟੇਜ ਹੁੰਦੀ ਉਹ ਤੇ ਦਿਲ ਦਿੱਤਾ ਨਹੀਂ ਸੀ ਜ਼ਰੂਰ ਸੁਣਦੇ ਆ ਲੋਕ ਚਾਹੇ ਹਨਾ ਨੈਣਾ ਨੈਣਾ ਨਾ ਜ਼ਰੂਰ ਸੁਣਨਾ ਛੱਡ ਕੇ ਨਾ ਜਾ ਪਿੱਛੇ ਇੱਕ ਮੇਰਾ ਗਾਣਾ ਆਇਆ ਸੀਗਾ ਹਾਂ ਉਹ 2004 ਵਾਲੀ ਐਲਬਮ 'ਚ ਸੀਗਾ ਬੜਾ ਅੱਛਾ ਗਾਣਾ ਸੀ ਉਹਦੀ ਫਰਮੈਸ਼ ਬੜੀ ਆਉਂਦੀ ਹੁੰਦੀ ਉਹ ਗਾਣਾ ਉਹਦੀ ਵੀਡੀਓ ਨਹੀਂ ਕਰ ਸਕੇ ਉਹ ਮੈਂ ਅਜੇ ਤੱਕ ਸੋਚਦਾ ਕਿ ਉਹਦੀ ਵੀਡੀਓ ਯਾਰ ਹੋਣੀ ਚਾਹੀਦੀ ਸੀ ਹਾਂ ਸਾਨੂੰ ਤੂੰ ਤੂੰ ਆਪਣਾ ਬਣਾ ਕੇ ਰੱਖਿਆ ਸਾਨੂੰ ਆਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ ਤੇਰੇ ਲਾਰਿਆਂ 'ਚ ਰਹੇ ਸਦਾ ਖਜੜਖੁਆਰ ਉਨ ਜਿੱਕੀ ਤਾਈ ਨਹੀਂ ਤੁਝਵੇਂ ਕਰੀਦਾ ਪਿਆ ਸਾਨੂੰ ਤੋਂ ਤੋਂ ਹਏ ਹੋ ਉਤੋਂ ਤੋਂ ਆਪਣਾ ਬਣਾ ਕੇ ਰੱਖਿਆ ਸਾਨੂੰ ਆਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ ਬਹੁਤ ਬਹੁਤ ਜੀ ਬਹੁਤ 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 ਸਰਾ ਮੈਨੂੰ ਯਾਦ ਹੈ ਮੈਂ ਟਾਣਾ ਸਾਹਿਬ ਸਕੂਲ ਪੜ੍ਹਦੀ ਸੀ ਮੇਰੇ ਖਿਆਲ 6ਵੀਂ 7ਵੀਂ ਚ ਹੋਊਂਗੀ ਜਾਂ ਉਸ ਤੋਂ ਵੱਡੀ ਹੋਊਂਗੀ ਤੇ ਸਾਈਕਲ ਤੇ ਜਦੋਂ ਸਕੂਲ ਤੋਂ ਆਉਣਾ ਤਾਂ ਰਸਤੇ 'ਚ ਇੱਕ ਐਸਟਾ ਵਾਲੀ ਦੁਕਾਨ ਹੁੰਦੀ ਸੀ ਉੱਥੇ ਅਕਸਰ ਇਹ ਗੀਤ ਵਜਦਾ ਹੁੰਦਾ ਸੀ ਜੀ 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 ਬਾਜੀ ਤੁਹਾਡੇ ਜੀਤ ਅੱਜ ਨਹੀਂ ਰਹਿਣ ਫਰਾਰੀਆਂ ਚ ਵਜਣ ਉਹ ਜਿਹੜੀ ਨਿੱਕੀ ਜਿਹੀ ਮਿੱਧੀ ਦੀ ਗੱਡੀ ਹੁੰਦੀ ਕਿਹੜੀ ਕਈ ਨੇ ਅੱਜ ਕਈ ਉਹ ਜਿਹੜੀ ਬਹੁਤ ਬੌਣੇ ਕੱਦ ਦੀ ਗੱਡੀ ਆ ਤੇਰੀ ਹੈ ਬੜੀ ਮਹਿੰਗੀ ਹਾਂ ਉਹਦੇ ਤੇ ਉਹ ਗੱਡੀਆਂ ਪੰਜ ਦੀ ਛੱਤ ਤਰਪਾਲ ਟਾਈਪ ਚਲਾਦਾ ਕਈ ਨੇ ਆਡੀ ਵੀ ਹੈ ਲੈਂਦਰ ਕਿੰਨੀ ਲੈਂਦਰ ਕਿੰਨੀ ਚੋਣ ਮੈਂ ਸੋ ਤਰਪਾਲ ਪਾਈ ਹੁੰਦੀ ਜਿਹਨ ਤੇ ਬਈ ਉਹ ਕਮਾਲ ਉਹ ਮਹਿੰਗੀਆਂ ਗੱਡੀਆਂ ਦੇ ਸਾਊਂਡ ਸਿਸਟਮ ਵੀ ਹੁੰਦਾ ਫਿਰ ਮਹਿੰਗੇ ਹੁੰਦੇ ਉਹ ਬਹੁਤ ਤਕੜੀਆਂ ਗੱਡੀਆਂ ਉਹ ਤੇ ਉਹਨਾਂ ਦੇ ਵਿੱਚ ਥੋੜੇ ਗਾਣੇ ਵਜਣ ਕਰ ਕਰਦੇ ਵਿੱਚ বাজਦੇ ਰਹਿਣ ਤੁਹਾਡੇ ਪ੍ਰੋਗਰਾਮ ਲੱਗਦੇ ਹੀ ਰਹਿਣ ਤੁਸੀਂ ਜਦੋਂ ਵੀ ਭਾਰਤ ਆਓ ਆਪਾਂ ਐਂ ਮਿਲ ਕੇ ਗੱਲਾਂ ਕਰਗੇ ਸਹੀ ਬੱਚਾ ਨੂੰ ਵੀ ਸ਼ੌਕ ਹੈ ਜੀ ਗਾਉਣ ਦਾ بیٹے ਨੂੰ ਹੈਗਾ ਹੂੰ ਤੇ ਉਹਦਾ ਇੱਕ ਗਾਣਾ ਕੀਤਾ ਵੀ ਸੀ ਤੇ ਦੋ ਕ ਗਾਣੇ ਹੁਣ ਇਸ ਵਾਰ ਫੇਰ ਕਰਕੇ ਗਿਆ ਹੁਣ ਉਹਦਾ ਵੀਡੀਓ ਵੀਡੀਓ ਉੱਥੇ ਜਾ ਕੇ ਅਗਲੀ ਮੁਲਾਕਾਤ ਆਪਾਂ ਪਿਓ ਪੁੱਤ ਇਕੱਠੇ ਨਹੀਂ ਕਰਾਂਗੇ ਬਿਲਕੁਲ ਕਰਾਂਗੇ ਫਿਰ ਉਹਨਾਂ ਤੋਂ ਵੀ ਗੀਤ ਸੁਣਾਗੇ ਹਾਂ ਉਹਨੂੰ ਪੁੱਛਣਾ ਵੀ ਤੂੰ ਟ੍ਰੈਕਟ ਕਰਕੇ ਜਾਣਾ ਕਿ ਪਾਪਾ ਜੀ ਤੋਂ ਲਵਾਉਣੀ ਆ ਹਾਂ ਇਹ ਸੱਚ ਆ ਵੀ ਪਿਆਰੀ ਗੱਲ ਆ ਹੱਸਾਫ ਤੇ ਫਿਰ ਹਾਂ ਪਿਓ ਪੁੱਤ ਦਾ ਤੇ ਮਾਵਾ ਧੀ ਦਾ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਆਇਓ ਚੜਦੀ ਕਲਾ ਕਰੋ ਚੜਦੀ ਕਰੋ ਬਹੁਤ ਧੰਨਵਾਦ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਬਾਤ ਕਰਕੇ ਦੁਬਾਰਾ ਜਦੋਂ ਵੀ ਮੌਕਾ ਮਿਲੇ ਫਿਰ ਵਿਚਾਰਾਂ ਕ੍ਰਿਆ ਜੀ ਫਿਲਹਾਲ ਇਸ ਪ੍ਰੋਗਰਾਮ ਨਸੀਅਤ ਹੀ ਸਮੇਟਦੇ ਆ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਤਿੰਨਾਂ ਨੂੰ ਦੇ ਇਜਾਜ਼ਤ ਫਿਰ ਮਿਲਾਂਗੇ ਸੱਚੀ ਆਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਚੰਚੀ ਦਾ ਵੀ ਚਾ